ਆਪਾਂ ਗੱਲ ਨੋਟ ਕਰਨੀ ਹੈ ਕਿ ਭਗਤ ਜੀ ਨੇ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਤੋਂ ਕਾਫੀ ਪਹਿਲਾਂ ਕਹੀ ਸੀ। ਗੁਰੂ ਨਾਨਕ ਦੇਵ ਜੀ ਸਿੱਖ ਸੀਗੇ ਭਗਤ ਕਬੀਰ ਜੀ, ਉਸ ਟਾਈਮ ਉਹਨਾਂ ਨੇ ਪੰਕਤੀ ਉਚਾਰਤੀ ਸੀ। ਸੋ ਇਸ ਪੰਕਤੀ ਦੇ ਵਿੱਚ ਵੀ ਇਹ ਕਿਹਾ ਕਿ ਪ੍ਰੇਮ ਭਗਤ ਜੀ ਨੇ ਜਾਣ ਲਈ ਉਹ ਖਾਲਸੇ ਬਣ ਗਏ। ਸੋ ਪ੍ਰੇਮ ਭਗਤ ਦਾ ਮਤਲਬ ਵੀ ਉਹੀ ਆ ਕਿ ਜਦੋਂ ਰਹਿਤ ਦੇ ਵਿੱਚ ਪ੍ਰਵਕਤਾ ਰੱਖ ਕੇ ਨਾਮ ਬਾਣੀ ਦੀ ਕਮਾਈ ਕਰਦੇ ਹਾਂ, ਜਿਹੜੀ ਫਿਰ ਜੋਤ ਜਗਰਾਸੀ ਅਵਸਥਾ ਆਉਂਦੀ ਆ ਉਹਨੂੰ ਫਿਰ ਨਾਮ ਨੂੰ ਗਹਿ ਕਰਕੇ ਰੱਖਦੇ ਆ, ਨਾਮ ਛੱਡਦੇ ਨਹੀਂ, ਫਿਰ ਹਿਰਦੇ ਅੰਦਰ ਨਾਮ ਚੱਲੀ ਜਾਂਦਾ, ਨਾਮ ਚੱਲੀ ਜਾਂਦਾ, ਅਕਾਲ ਪੁਰਖ ਦੀ ਜੋਤ ਘੱਟ ਅੰਦਰ ਪ੍ਰਗਟ ਹੁੰਦੀ ਆ, ਉਹ ਜੋਤ ਦੇ ਦਰਸ਼ਨ ਕਰ ਕਰਕੇ ਪ੍ਰੇਮਾ ਭਗਤੀ ਚ ਲੀਨ ਹੋਏ ਰਹਿੰਦੇ ਆ, ਦੁਨੀਆਂ ਚ ਵੀ ਵਿਚਰਦੇ ਆ। ਉਹ ਭਗਤ ਜੀ ਕਹਿੰਦੇ ਉਹ ਖਾਲਸੇ ਬਣ ਗਏ ਉਹ ਜਨ। What is a khalsa? Khalsa is the ultimate human. Ithe koi there is no civil race that belongs to khalsa. Sari koi bhi ithe ch mainly vilakhanta khalsa di eh aa ke koi bhi banda jehde marzi jaat da ho, jehde marzi oh background da hove, oh khalsa zarur ban sakda. Anyone can become a khalsa, and khalsa is the ultimate form of a human being. Khalsa is the soldier of Akal Purakh. ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਤਿਉ ਖਾਲਸਾ ਪਰਮਾਤਮ ਕੀ ਮੁਆਜ। ਕਿ ਜਿਹੜਾ ਖਾਲਸਾ ਕੋਈ ਵੀ ਜੰਗ ਕਰਦਾ, ਕੋਈ ਵੀ ਯੁੱਧ ਕਰਦਾ, ਉਹ ਗੁਰਮਤ ਲਈ ਕਰਦਾ, ਅਕਾਲ ਪੁਰਖ ਲਈ ਕਰਦਾ। ਦੇਰ ਇਜ਼ ਨੋ ਜੰਗ ਔਰ ਐਨੀ ਵਾਰ ਦੈਟ ਖਾਲਸਾ ਇਜ਼ ਫੌਟ ਫੋਰ ਮਟੀਰੀਅਲ ਗੇਨਸ। ਖਾਲਸਾ ਹਮੇਸ਼ਾ ਅਕਾਲ ਪੁਰਖ ਲਈ ਯੁੱਧ ਲੜਦਾ। ਅੱਗੇ ਖਾਲਸਾ ਇਜ਼ ਡਿਸਟਿੰਕਟ ਐਂਡ ਸੋਵਰਨ। ਜਬ ਤੱਕ ਖਾਲਸਾ ਰਹੀ ਨਿਆਰਾ ਤਬ ਤੱਕ ਤੇਜ ਦਿਓ ਮੈਂ ਸਾਰਾ। ਖਾਲਸਾ ਹਮੇਸ਼ਾ ਨਿਆਰਾ ਰਹਿਣਾ, ਖਾਲਸੇ ਦੀ ਰਹਿਣੀ, ਖਾਲਸੇ ਦੀ ਬਹਿਣੀ, ਖਾਲਸੇ ਦੀ ਸਹਿਣੀ, ਖਾਲਸੇ ਦੀ ਕਹਿਣੀ ਸਾਰੀ ਜਗ ਨਾਲ ਵੱਖਰੀ ਆ। ਅੱਗੇ ਖਾਲਸਾ ਇਜ਼ ਰੋਇਲ, ਖਾਲਸਾ ਇਜ਼ ਸੋਵਰਨ, ਇਟ ਗਵਰਨਸ ਇਟਸੈਲਫ, ਇਟਸ ਨਾਟ ਗਵਰਨਡ ਬਾਈ ਐਨੀਵਨ ਐਲਸ। ਜਦੋਂ ਪੁਰਾਣੇ ਸਿੰਘ ਹੁੰਦੇ ਸੀ ਉਹ ਕਹਿੰਦੇ ਸੀ ਖਾਲਸਾ ਬਾਗੀ ਜਾਂ ਬਾਦਸ਼ਾਹ, ਜਾਂ ਖਾਲਸੇ ਦਾ ਰਾਜ ਹੁੰਦਾ ਜਾਂ ਖਾਲਸਾ ਬਾਗੀ ਹੋ ਜਾਂਦਾ, ਕਿਉਂਕਿ ਹਕੂਮਤ ਥੱਲੇ ਖਾਲਸਾ ਕਦੇ ਨਹੀਂ ਰਹਿੰਦਾ, ਖਾਲਸੇ ਦੀ ਆਪਣੀ ਹਕੂਮਤ ਆ। ਪਰ ਚਲੋ ਅੱਜ ਕੱਲ੍ਹ ਢਿੱਲ ਆਈ ਆਪਣੇ 'ਚ, ਕਈ ਚਿਰ ਹੋ ਗਿਆ ਕਿ ਆਪਣੇ ਆਪਣੀ ਹਕੂਮਤ ਹੈ ਨਹੀਂ, ਪਰ ਉਹ ਗੱਲ ਵੱਖਰੀ ਹੈ। ਖਾਲਸਾ ਇਜ਼ ਵਨ ਹੂ ਫੋਲੋਜ਼ ਆਲ ਆਫ ਗੁਰੂ ਜੀ ਹੁਕਮ। ਇੱਥੇ ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ, ਇਹ ਮੇਨ ਪੰਕਤੀ ਆ ਜਿਹਦੇ 'ਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਪੁਸਤਕ ਰਚੀ ਆ, ਪੁਸਤਕ ਲਿਖੀ ਆ ਗੁਰਮਤਿ ਵਿਵੇਕ। ਆਈ ਹਾਈਲੀ ਰਿਕਮੈਂਡ ਦੈਟ ਆਲ ਯੂ ਰੀਡ ਗੁਰਮਤਿ ਵਿਵੇਕ ਇਫ ਯੂ ਹੈਵਨਟ ਡਨ ਸੋ ਆਲਰੇਡੀ। ਅਤੇ ਉਹਦੇ ਵਿੱਚ ਭਾਈ ਸਾਹਿਬ ਵਿਆਖਿਆ ਕਰਦੇ ਨੇ ਕਿ ਸੱਚਾ ਵਿਚਾਰ, ਸੱਚਾ ਵਿਵੇਕ ਖਾਲਸੇ ਦਾ ਇਹੀ ਆ ਕਿ ਗੁਰੂ ਸਾਹਿਬ ਦੇ ਹਰੇਕ ਹੁਕਮ 'ਤੇ ਜਾਨ ਦੇਣ ਨੂੰ ਤਿਆਰ ਹੋਣਾ। ਕਿ ਇੱਕ ਇੱਕ ਹੁਕਮ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਆਹ ਗੁਰੂ ਸਾਹਿਬ ਦਾ ਹੁਕਮ ਹੈ, ਉਹ ਹੁਕਮ ਮੰਨ ਕੇ ਉਹਦੇ 'ਤੇ ਤਤਪਰ ਹੋਣਾ, ਉਹਦੇ 'ਤੇ ਰੈਡੀ ਹੋਣਾ ਕਿ ਮੈਂ ਦਿਸ ਇਜ਼ ਓਕੇ, ਯੂ ਆਈਡੈਂਟੀਫਾਈਡ ਹੁਕਮ ਗੁਰੂ ਸਾਹਿਬ, ਦਿਸ ਇਜ਼ ਹੁਕਮ ਗੁਰੂ ਸਾਹਿਬ, ਐਂਡ ਸਿੰਗ ਟੋਲਡ ਯੂ ਕਿ ਦਿਸ ਇਜ਼ ਵਨ ਹੁਕਮ, ਦਿਸ ਇਜ਼ ਅਨਦਰ ਹੁਕਮ, ਸੋ ਔਨ ਐਂਡ ਸੋ ਫੋਰਥ। ਉਹਦੇ 'ਤੇ ਪੂਰੀ ਕੋਸ਼ਿਸ਼ ਕਰਕੇ ਡਟ ਕੇ ਰਹਿਣਾ ਕਿ ਆਈ ਹੈਵ ਟੂ ਫੋਲੋ ਗੁਰੂ ਸਾਹਿਬ ਹੁਕਮ, ਐਂਡ ਵੈਨ ਯੂ ਫੋਲੋ ਈਚ ਐਂਡ ਐਵਰੀ ਸਿੰਗਲ ਹੁਕਮ ਗੁਰੂ ਸਾਹਿਬ, ਐਵਰੀ ਸਿੰਗਲ ਹੁਕਮ ਦੈਟਸ ਇਨ ਗੁਰੂ ਗ੍ਰੰਥ ਸਾਹਿਬ ਜੀ, ਯੂ ਬਿਕਮ ਪਿਓਰ ਖਾਲਸਾ, ਜਿਵੇਂ ਪੂਰਨ ਖਾਲਸਾ। So the question that we covered before is, when did Khalsa emerge? So everyone thinks that Guru Gobind Singh created the Khalsa, but this is a misconception, because in actuality, Sri Guru Nanak Dev Ji created Khalsa. And how do we know this? Well, in 1699, when Sri Guru Gobind Singh did Amrit, at that time, the Gursikhs were already keeping the Rath of Khalsa. There's 20, history says there's about 20,000 people who took Amrit at that time. So the question arises, did Guru Sahib provide 20,000 Kshatriya at that time? Or did all those six start keeping Kshatriya that day? Dastara kithon aaya, tapanna kithon aaya, kade kithon aaya? So they were already keeping the Rath. So Guru Nanak Dev Ji, jadon tadde te aaye ne, we hear this a lot, people always say this, that Guru Nanak Dev Ji started Sikhi, then Guru Gobind Singh Ji Sikhi mukammal kiti hai, complete kiti hai, then complete Sikh banaya hua. And that's what Guru Gobind Singh Ji did at Amrit Sanchar. But Guru Sahib is not different. Guru Nanak Dev Ji and Guru Gobind Singh Ji aren't different. Guru Nanak Dev Ji jadon tadde te aaye ne, unhon jo Sikhi da updesh ditta hai, to unhon ne ohi updesh ditta jada Guru Gobind Singh Ji ne ditta hai. The same Rath. ਗੁਰੂ ਸਾਹਿਬ ਕਹਿੰਦੇ ਵੀ ਗੁਰੂ ਸਾਹਿਬ ਨੇ ਕੇਸਾਂ ਦਾ ਹੁਕਮ ਦਿੱਤਾ ਵੀ ਕੇਸ ਰੱਖਣੇ ਆ, ਫਿਰ ਅਵਲ ਸੁਨਤ ਮੋਏ ਹੈ ਸਿਰ ਪਰ ਰੱਖਿਆ ਕੋਏ, ਦ ਫਸਟ ਰੈਥ ਇਜ਼ ਟੂ ਕੀਪ ਕੇਸ, ਗੁਰੂ ਸਾਹਿਬ ਨੇ ਹੁਕਮ ਕੀਤਾ ਹੈ। ਸੋ ਦਿਸ ਇਜ਼ ਅ ਵੈਰੀ ਬਿਗ ਮਿਸਕਨਸੈਪਸ਼ਨ ਦੈਟ ਗੁਰੂ ਗੋਬਿੰਦ ਸਿੰਘ ਜੀ ਕ੍ਰੀਏਟਡ ਖਾਲਸਾ। ਖਾਲਸਾ ਵਾਸ ਕ੍ਰੀਏਟਡ ਬਾਈ ਗੁਰੂ ਨਾਨਕ ਦੇਵ ਜੀ, ਐਂਡ ਦੇ ਹੈਵ ਦ ਪ੍ਰੂਫ ਆਫ ਦੈਟ ਇਜ਼ ਦ ਸੇਮ ਰੈਥ ਐਂਡ ਸੇਮ ਨਾਮ। ਸੋ ਗੁਰਮੰਤਰ ਅਤੇ ਰੈਥ ਇੱਕ ਆ, ਮੁਕਤੀ ਦਾ ਦ ਵੇ ਬੈਂਗ ਮੁਕਤ ਇਜ਼ ਅ ਸੇਮ ਫਰੋਮ ਗੁਰੂ ਨਾਨਕ ਦੇਵ ਜੀ ਟੂ ਗੁਰੂ ਗੋਬਿੰਦ ਸਿੰਘ ਜੀ।
if we think that Guru Gobind Singh Ji created Khalsa, then we're basically saying that before Guru Gobind Singh Ji, then there no one was able to get mukti. Because Guru Gobind Singh Ji ko hukum kita hai, us hukum ko, Guru Nanak Dev Ji samay de ko se, oh hukum nahi paal rahe, they're not following that hukum. Then how can we say that they are following Guru Sahib's hukum? Guru Sahib de ek hi hai, ek gur jyoti hai, Guru Nanak Dev Ji jyoti. And we looked at there's a process of amrit in a form of charan amrit. So before Guru Gobind Singh Ji did amrit sanchar in 1699, before that there's already a process of giving amrit and initiating Sikhs, which is called charan amrit. So this just shows that there's already a form of amrit. Guru Sahib didn't do the first amrit sanchar. That is the modern way of doing amrit sanchar was done in 1699, but at that time Guru Nanak Dev Ji to leke Guru Gobind Singh Ji tak, until that date, there was already a process of giving amrit. So Brahmagyani is perfect. So how can we say they are not a Khalsa? So an example of this is, if we look in history, then we all know that Bibi Nanki Ji, Baba Budha Ji, Mata Khiri Ji, and Bhai Gurdas Ji, just to name a few, were all Brahmagyani Gurmukhs. So can anyone ever dare to say that Baba Budha Ji was not a Khalsa, just because they're not at the time of Guru Gobind Singh Ji, when they have all the qualities of a Khalsa, when they are already following all of Guru Sahib's hukam, they have attained Brahmagyan, then how can we dare to say they're not Khalsa? So, सवाल ये उठ जाऊँ कि जब खालसा पहले ही गुरु नानक देव जी ने बना था इसके गुरु गोविंद सिंह जी ने 1699 की विसाखी को की किया की अलग दिता सानू सब तो पहली गल जिहड़ी भाई साहब ने गल दसी आ चरणामृत दी जिहड़ा चरणामृत सीगा भाई गुरदास जी ने लिखदे आ चरणामृत गुरसिखा अपनाया चरणामृत नूं गुरु गोबिंद सिंह जी ने खंडे दी पौल दे विच बदलता सो पहला चरण पौल सीगी जदों सिखा सिख नूं किसे नूं सिख पंथ दे विच लै के आंदा सिखी बख्शदे सी गुरु साहिब उहनूं खंडे दी पौल दिंदे पहला चरणामृत दिंदे सी उहदा शरीर शुद्ध हुंदा सी फिर उहनूं नाम दी दात बख्शदे सी ਦਸਮੇਸ਼ ਪਿਤਾ ਜੀ ਨੇ ਉਹ ਜਿਹੜੀ ਚਰਨ ਪਹੁਲ ਆ ਉਹਨੂੰ ਖੰਡੇ ਦੀ ਪਹੁਲ ਦੇ ਵਿੱਚ ਬਦਲਤਾ ਉਹਦਾ ਕਾਰਨ ਕੀ ਆਪਾਂ ਸਾਰੇ ਜਾਣਦੇ ਹਾਂ ਕਾਰਨ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਣੀ ਸੀ ਉਹਨਾਂ ਨੇ ਸੋ ਦੇਹ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਨਹੀਂ ਸੀ ਹੋਣਾ ਮਨੁੱਖੀ ਦੇਹ ਰੂਪ ਦੇ ਵਿੱਚ ਇਸ ਲਈ ਉਹ ਜਿਹੜਾ ਸਿਸਟਮ ਸੀਗਾ ਜਿਹੜਾ ਸਿੱਖਾਂ ਨੂੰ ਸਿੱਖੀ ਬਖਸ਼ਣ ਦੇ ਲਈ ਜੀਵ ਉਹ ਚੇਂਜ ਕਰਨਾ ਪੈਣਾ ਸੀ ਸੋ ਉਹ ਚੇਂਜ ਕੀਤਾ ਸੱਚੇ ਪਾਤਸ਼ਾਹ ਨੇ ਖੰਡੇ ਦੀ ਪਹੁਲ ਦੇ ਕੇ ਅਗਲਾ ਪੁਆਇੰਟ ਜਿਹੜਾ ਪੰਜ ਪਿਆਰਿਆਂ ਦਾ ਸਿਸਟਮ ਬਣਾਇਆ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਨੇ ਗੁਰੂ ਦੀ ਅਥਾਰਟੀ ਦਿੱਤੀ ਕਿ ਜੀਵ ਨੂੰ ਮੁਕਤੀ ਹੋਣ ਲਈ ਨਾਮ ਦੀ ਦਾਤ ਮੁਕਤ ਹੋਣ ਲਈ ਨਾਮ ਦੀ ਦਾਤ ਬਖਸ਼ ਸਕਦੇ ਆ ਅੰਮ੍ਰਿਤ ਦੀ ਦਾਤ ਬਖਸ਼ ਸਕਦੇ ਆ ਸੋ ਗੁਰੂ ਸਾਹਿਬ ਨੇ ਜਿਹੜੀ ਆਪਣੀ ਅਥਾਰਟੀ ਸੀ ਪੰਜ ਪਿਆਰਿਆਂ ਨੂੰ ਦੇ ਦਿੱਤੀ ਕਿ ਪੰਜ ਰਹਿਤਮਨ ਸਿੰਘ ਉਹ ਕੰਮ ਕਰ ਸਕਦੇ ਆ ਇਹ ਵਡਿਆਈ ਦਸਮੇਸ਼ ਪਿਤਾ ਜੀ ਨੇ ਗੁਰਸਿੱਖਾਂ ਨੂੰ ਦਿੱਤੀ ਆ ਇਹ ਬਹੁਤ ਵੱਡੀ ਗੱਲ ਆ ਸਾਡੇ ਲਈ ਬਹੁਤ ਜ਼ਿਆਦਾ ਵੱਡੀ ਸੋ ਅਗਲੀ ਗੱਲ ਗੁਰੂ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਦਸਮੇਸ਼ ਪਿਤਾ ਜੀ ਨੇ ਕਿ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਪ ਅੰਮ੍ਰਿਤ ਛਕਿਆ ਇਹ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਏਦਾਂ ਦੀ ਕੋਈ ਉਦਾਹਰਣ ਨਹੀਂ ਮਿਲਦੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਕਦੇ ਵੀ ਨਹੀਂ ਹੋਇਆ ਕਿ ਗੁਰੂ ਸਾਹਿਬ ਨੇ ਆਪ ਪਹਿਲਾਂ ਸਿੱਖ ਸਾਜਿਆ ਵਾ ਅੰਮ੍ਰਿਤ ਦੀ ਦਾਤ ਦਿੱਤੀ ਆ ਫਿਰ ਉਹਨਾਂ ਅੱਗੇ ਝੁੱਕ ਕੇ ਗੁਰੂ ਸਾਹਿਬ ਨੇ ਆਪ ਅੰਮ੍ਰਿਤ ਲਿਆ ਵਾ ਸੋ ਇੱਥੋਂ ਕੀ ਨਿਕਲਦਾ ਵਾ ਇੱਕ ਤਾਂ ਗੁਰੂ ਸਾਹਿਬ ਨੇ ਇਨਡਾਇਰੈਕਟਲੀ ਹੁਕਮ ਕਰਤਾ ਸਾਰੇ ਸਿੱਖਾਂ ਨੂੰ ਕਿ ਹਰੇਕ ਸਿੱਖ ਨੇ ਅੰਮ੍ਰਿਤ ਲੈਣਾ ਗੁਰੂ ਸਾਹਿਬ ਨੇ ਆਪ ਅੰਮ੍ਰਿਤ ਦੀ ਖੰਡੇ ਪਾਉਣ ਦੀ ਦਾਤ ਲਈ ਸੋ ਇੱਥੋਂ ਹੁਕਮ ਹੋਇਆ ਹਰੇਕ ਸਿੱਖ ਹਰੇਕ ਸਿੱਖ ਜਿਹੜਾ ਪਹਿਲਾਂ ਸਿੱਖ ਸੀ ਜਿਹਨੇ ਚਰਨਾਮ੍ਰਿਤ ਵੀ ਲਿਆ ਹੋਇਆ ਸੀ ਗੁਰੂ ਸਾਹਿਬ ਆਲਰੇਡੀ ਸਿੱਖ ਸੀ ਉਹਨੂੰ ਖੰਡੇ ਦੀ ਪੌਲ ਲੈਣੀ ਪੈਣੀ ਸੀ ਇਹ 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 ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲਾਂ ਕੀਤੀਆਂ ਨੇ ਤੇ ਕਾਰਨ ਇਹਦੇ ਆਪਾਂ ਹੁਣ ਡਿਸਕਸ ਕੀਤੇ ਨੇ ਪਰ ਮੇਕਸ ਵਨ ਅ ਖਾਲਸਾ ਖਾਲਸੇ ਦੀ ਜਿਹੜੀ ਭਗਤੀ ਆ ਇਟਸ ਡਿਫਰੈਂਟ ਫਰਮ ਐਵਰੀਵਨ ਐਲਸ ਦੇਰ ਇਸ ਅ ਡਿਸਟਿੰਕਟ ਮੋਡ ਆਫ ਵਰਸ਼ਿਪ ਬਿਕਾਜ਼ ਅ ਲੋਟ ਆਫ ਦੀ ਅਦਰ ਫੇਥਸ ਦੇ ਬਲੀਵ ਇਨ ਵਰਸ਼ਿਪਿੰਗ ਮੂਰਤੀਆਂ ਔਰ ਸਟਫ ਲਾਈਕ ਦੈਟ ਦੇਰਸ ਅ ਡਿਸਟਿੰਕਟ ਡਿਫਰੈਂਸ ਇਹ ਆਪਣਾ ਕਿ ਪ੍ਰੇਮਾ ਭਗਤੀ ਦਾ ਕਾਨਸੈਪਟ ਹੋਰ ਕਿਤੇ ਹੈ ਨਹੀਂ ਗੁਰਮੰਤਰ ਜਪ The naam that we get from Guru Sahib and the naam, the way to jap, the way to chant that naam, is different from everyone else. Jada Gurmat naam hai, wo kade jag vich pragat nahi hoya Guru Nanak Dev Ji to pehla Guru Nanak Dev Ji ne naam bakhsha, unhan ne vidhi bakhshi hai. Jada sat naam pragat kita hai jag de vich, wo pehla kade hai nahi siga, and it's distinct from everyone else. Recitation of Gurbani.
ਗੁਰਬਾਣੀ ਐਸੀ ਮਹਾਨ ਚੀਜ਼ ਗੁਰੂ ਸਾਹਿਬ ਨੇ ਆਪ ਉਚਾਰੀ ਇੱਥੇ ਦਿੱਤੀ ਹੈ ਸਾਨੂੰ ਧੁਰਕੀ ਧੁਰਕੀ ਬਾਣੀ ਆਈ ਤਿੰਸਲੀ ਚਿੰਤ ਮਿਟਾਈ ਇੱਥੇ ਕੀ ਕਹਿ ਸਕਦੇ ਹਾਂ ਗੁਰਬਾਣੀ ਬਾਰੇ ਦੇਰ ਇਜ਼ ਨੋ ਵੀ ਕੈਨ ਡਿਸਕ੍ਰਾਈਬ ਇਟ ਗੁਰਬਾਣੀ ਆਪੇ ਆਪਣੀ ਸਿਫਤ ਕਰ ਸਕਦੀ ਵੀ ਕੈਨ ਡੂ ਇਨਫ ਆਪਾਂ ਨੂੰ ਪਤਾ ਹੀ ਹੈ ਗੁਰਬਾਣੀ ਇਜ਼ ਹਿਊਜ ਜਿਹੜਾ ਗੁਰਬਾਣੀ ਦਾ ਜਾਪ ਕਰਨਾ ਗੁਰਬਾਣੀ ਦਾ ਪਾਠ ਕਰਨਾ ਉਹਦੇ ਅਥਾਹ ਫਾਇਦੇ ਨੇ ਦੇਰ ਇਜ਼ ਐਂਡਲੈਸ endless benefits of that and the way to recite that body too they've given us the kirtan kirtan da jehda tarika hai gurbani nu chhan da gurbani nu gaan da oh kithe hor it's really great to see that ke gur sikh ikatthe ho ke kivein pyar naal baith ke jadon gurbani da kirtan karde hai je gurbani di paras kala jehdi vartdi hai gurbani is basically it's like a philosopher's stone that it can basically touch any metal and turn it into gold jivein gurbani de kai mention aunde ne ਇਹਦੇ ਇਹਦੇ ਵਿੱਚ ਗੁਰਬਾਣੀ ਪੰਕਤੀਆਂ ਵੀ ਕਹੀ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਐਸੀ ਚੀਜ਼ ਹੈ ਕਿ ਜਿਹੜੀ ਵੀ ਚੀਜ਼ ਨੂੰ ਉਹ ਛੂ ਜਾਂਦੀ ਆ ਦੈਟ ਟਰਨਸ ਇਨਟੂ ਗੋਲਡ ਸੋ ਗੁਰਬਾਣੀ ਦਾ ਇਕੱਲਾ ਇਹ ਨਹੀਂ ਗਾ ਕਿ ਗੁਰਬਾਣੀ ਇਕੱਲੀ ਵਿਚਾਰਨੀ ਗੁਰਬਾਣੀ ਵਿਚਾਰਨੀ ਵੀ ਹੈ ਯੂ ਹੈਵ ਟੂ ਡੂ ਵਿਚਾਰ ਆਫ ਗੁਰਬਾਣੀ ਪਰ ਐਟ ਦ ਸੇਮ ਟਾਈਮ ਜਸਟ ਰੀਡਿੰਗ ਗੁਰਬਾਣੀ ਐਂਡ ਜਸਟ ਸਿੰਗਿੰਗ ਅਲੌਂਗ ਇਟ ਇਟ ਡਸ ਵੰਡਰਫੁਲ ਥਿੰਗਸ ਇਟ ਮੇਕਸ ਵਨ ਪਿਓਰ ਇਟ ਮੇਕਸ ਵਨ ਅ ਖਾਲਸਾ ਐਂਡ ਵਿਦਆਊਟ ਡੂਇੰਗ ਅ ਥਾਗ ਜਾਬ ਵਿਦਆਊਟ ਰਿਪੀਟਿੰਗ ਗੁਰਬਾਣੀ ਓਵਰ ਐਂਡ ਓਵਰ ਓਵਰ ਅਗੇਨ ਯੂ ਕੈਨਟ ਪਿਊਰੀਫਾਈ ਯੋਰਸੈਲਫ ਤੇ ਇੱਥੇ ਇਹ ਵੀ ਗੱਲ ਕਹਿਣ ਵਾਲੀ ਹੈ ਕਿ in the past the scriptures any religious scripture has been the property of scholars ke jivein jehde ved sige oh jehde top level de top level brahman ya fir edan de pandit sige sirf ohna di authority sige ohnu padhan di if anyone else had read it they couldn't read it first of all ke jehdi language oh likhe sige it was only accessible to scholars par gurbani jehdi uchari hai guru sahab ne it's accessible to everyone ਕਿ ਹੀ ਯੂਜ ਕਾਮਨ ਲੈਂਗੁਏਜ ਐਟ ਦ ਟਾਈਮ ਉਹ ਜਿਹੜੀ ਟਾਈਮ ਦੀ ਜਿਹੜੀ ਵੀ ਭਾਸ਼ਾ ਸੀਗੀ ਹਰੇਕ ਭਾਸ਼ਾ ਦੇ ਵਿੱਚ ਆਲਮੋਸਟ ਬ੍ਰਜ ਭਾਸ਼ਾ ਲਹਿੰਦੀ ਬੋਲੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਐਵਰੀ ਲੈਂਗੁਏਜ ਐਟ ਦ ਟਾਈਮ ਗੁਰੂ ਸਾਹਿਬ ਨੇ ਵਰਤੀ ਗੁਰਬਾਣੀ ਉਚਾਰਨ ਲਈ ਅਤੇ ਜੋ ਪ੍ਰਾਣੀ ਗੋਬਿੰਦ ਧਿਆਵਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵਾ ਯੂ ਡੋਂਟ ਹੈਵ ਟੂ ਬੀ ਅ ਸਕਾਲਰ ਟੂ ਗੈਟ ਦ ਬੈਨੀਫਿਟਸ ਆਫ ਗੁਰਬਾਣੀ ਯੂ ਕੈਨ ਲਾਈਕ ਦੇਰ ਆਰ ਸਮ ਸਿੱਖਸ ਹੂ ਗਾਟ ਮੁਕਤ ਉਹਨਾਂ ਨੂੰ ਪੜ੍ਹਨਾ ਵੀ ਸੀ ਆਉਂਦਾ ਦੇ ਅਨਪੜ੍ਹ ਬਟ ਨਾ ਦੇ ਗੁਰਸਿੱਖਾਂ ਨੂੰ ਗੁਰਬਾਣੀ ਸਿੱਖ ਕੇ ਉੱਦਾਂ ਹੀ ਜਾਪ ਕਰਕੇ ਅਥਾਹ ਲਾਈਕ ਐਨਲੈਸ ਜਾਪ ਗੁਰਬਾਣੀ ਦੇ ਗਾਟ ਮੁਕਤ ਸੋ ਇਹ ਨਿਆਰਾ ਪਾ ਮੈਂ ਖਾਲਸੇ ਦਾ ਕਿ ਆਪਾਂ ਨੂੰ ਇੰਨਾ ਡਿਸਟਿੰਕਟ ਮੋਡ ਆਫ ਵਰਸ਼ਿਪ ਮਿਲਿਆ ਅਨਦਰ ਪੁਆਇੰਟ ਆਫ ਡਿਸਟਿੰਕਸ਼ਨ ਆਫ ਅ ਖਾਲਸਾ ਇਜ਼ ਦੈਟ ਵੀ ਹੈਵ ਡਿਸਟਿੰਕਟ ਸਕ੍ਰਿਪਚਰਸ ਜਿਵੇਂ ਭਾਈ ਸਾਹਿਬ ਨੇ ਦੱਸਿਆ ਦੈਟ ਵੀ ਹੈਵ ਗੁਰਬਾਣੀ ਵਿਚ ਇਜ਼ ਡਿਫਰੈਂਟ ਦੈਨ ਐਵਰੀਵਨ ਐਲਸ ਐਂਡ ਵੀ ਹੈਵ ਦਿਸ ਗੁਰਬਾਣੀ ਇਜ਼ ਡਿਫਰੈਂਟ ਦੈਨ ਹਾਊ ਐਵਰੀਵਨ ਐਲਸ ਬਿਲੀਵਸ ਇਨ ਵੇਦ ਔਰ ਦੇਵ ਸੋ ਇਨ ਨੋ ਮੈਟਰ ਵਾਟ ਕਾਈਂਡ ਆਫ ਹਿੰਦੂ ਦੇਰ ਇਜ਼ ਦੇਰ ਇਜ਼ ਨੋ ਡਿਫਰੈਂਸ ਆਫ ਹਿੰਦੂ ਬਟ ਜਿਹੜਾ ਮਾਝੀ ਹਿੰਦੂ ਹੋਵੇ ਉਹ ਹਮੇਸ਼ਾ ਵੇਦਾਂ ਦੀ ਅਥਾਰਟੀ ਨੂੰ ਮੰਨਦੇ ਆ ਦੇ ਆਲ ਬਿਲੀਵ ਇਨ ਅਥਾਰਟੀ ਆਫ ਵੇਦਸ So they have the very different belief systems, but they all believe that Veds have authority. But for Gursikhs, for Khalsa, we don't believe in the authority of Ved. We believe in Gurbani, and we have Gurbani to give us direction in life. We also have distinct religious rites and practices. So under that comes our Rath, and we also have a different birth, Amrit, and marriage, and death ceremonies than everyone else. So we have our own distinction. We have a distinct mode of doing these religious rites and practices. ਉਹ ਖਾਲਸੇ ਦੀ ਰਹਿਤ ਬਾਰੇ ਆਪਾਂ ਮੋਟੀ ਮੋਟੀ ਵਿਚਾਰ ਕਰਦੇ ਹਾਂ ਕਿ ਸਾਰੀ ਰਹਿਤ ਦਾ ਤਾਂ ਆਪਾਂ ਇੱਥੇ ਡਿਸਕਸ ਕਰ ਨਹੀਂ ਸਕਦੇ ਨਾ ਸਾਰੀ ਰਹਿਤ ਬਹੁਤ ਵੱਡੀ ਹੈ ਬਹੁਤ ਹੁਕਮ ਨੇ ਗੁਰੂ ਸਾਹਿਬ ਦੇ ਰਹਿਤਨਾਮਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੋ ਜਿਹੜੇ ਪ੍ਰਮੁੱਖ ਹੁਕਮ ਨੇ ਆਪਾਂ ਥੋੜ੍ਹੀ ਜਿਹੀ ਉਹਨਾਂ ਦੀ ਵਿਚਾਰ ਕਰ ਲੈਂਦੇ ਹਾਂ ਕਿ ਰਹਿਤ ਸੱਚ ਕੀ ਆ ਸਭ ਤੋਂ ਪਹਿਲੀ ਤੇ ਵੱਡੀ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਚਾਰ ਬੱਜਰ ਕਰੈਤਾਂ ਤੋਂ ਬਚ ਕੇ ਰਹਿਣਾ ਵਾ ਚਾਰ ਬੱਜਰ ਕਰੈਤਾਂ ਵਿੱਚੋਂ ਇੱਕ ਵੀ ਕੋਈ ਕਰੈਤ ਜੇ ਗੁਰਸਿੱਖ ਕਰਦਾ ਵਾ ਉਹ ਸਿੱਖੀ ਤੋਂ ਡਿੱਗ ਜਾਂਦਾ ਪਤਿਤ ਹੋ ਜਾਂਦਾ ਉਹਨੂੰ ਸਿੱਖੀ ਦੇ ਵਿੱਚ ਦੁਬਾਰੇ ਆਉਣ ਲਈ ਦੁਬਾਰੇ ਅੰਮ੍ਰਿਤ ਛਕਣਾ ਪੈਂਦਾ ਵਾ ਤੇ ਇਹ ਕਰਨ ਨਾਲ ਠੀਕ ਆ ਗੁਰੂ ਸਾਹਿਬ ਦੀ ਮਰਜ਼ੀ ਹੈ ਗੁਰੂ ਸਾਹਿਬ ਬਖਸ਼ ਦੇਣ ਪਰ ਇੱਕ ਟਾਂਕਾ ਲਾਉਣ ਵਾਲੀ ਗੱਲ ਹੋ ਜਾਂਦੀ ਆ ਜਿਵੇਂ ਧਾਗਾ ਹੁੰਦਾ ਨਾ ਥਰੈਡਾ ਧਾਗੇ ਦੇ ਵਿੱਚ ਗੰਢ ਪਾਉਣ ਵਾਲੀ ਗੱਲ ਹੋ ਜਾਂਦੀ ਆ ਸੋ ਚਾਰ ਬੱਜਰ ਕਰਤਾ ਤੋਂ ਬਚਣਾ ਅਗਲੀ ਰਹਿਤ ਗੁਰੂ ਸਾਹਿਬ ਨੇ ਬਖਸ਼ੇ ਪੰਜ ਕਕਾਰਾਂ ਦੀ ਪੰਜ ਕਕਾਰ ਬਖਸ਼ੇ ਨੇ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਧਾਰਨ ਕਰਨਾ ਵਾ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਉਹ ਏਦਾਂ ਸੋਚੀਏ ਵੀ ਆਹ ਇਹਦੇ ਲਈ ਆ ਸਿਰਫ ਫੰਕਸ਼ਨ ਦੇ ਤੌਰ ਤੇ ਨਹੀਂ ਆਪਾਂ ਸੋਚਣਾ ਵੀ ਕਿਹੜੇ ਕਕਾਰ ਦਾ ਕੀ ਫੰਕਸ਼ਨ ਆ ਇਹਨੂੰ ਹੁਕਮ ਦੇ ਤੌਰ ਤੇ ਮੰਨਣਾ ਵੀ ਇਹਨੂੰ ਹਮੇਸ਼ਾ ਆਪਾਂ ਪੰਜ ਕਕਾਰਾਂ ਨੂੰ ਆਪਣੇ ਸਰੀਰ ਦੇ ਨਾਲ ਰੱਖਣਾ ਅਗਲੀ ਗੱਲ ਸਤਿਬਾਣੀ ਦਾ ਨਿਤਨੇਮ ਕੱਲ ਵੀ ਗੱਲ ਕੀਤੀ ਸੀ ਕੁਐਸਚਨ ਆਨਸਰ ਦੇ ਵਿੱਚ ਉਹ ਆਪਾਂ ਮਿਸ ਨਹੀਂ ਕਰ ਸਕਦੇ ਸਤਿਬਾਣੀ ਦੇ ਨਿਤਨੇਮ ਨੇ ਕੀ ਫਾਇਦੇ ਨੇ ਉਹ ਆਪਣੇ ਸਮੇਂ ਤੋਂ ਪਰੇ ਨੇ ਬਹੁਤ ਫਾਇਦੇ ਗੁਰਸਿੱਖ ਦੱਸਦੇ ਆ ਉਹ ਆਪਾਂ ਮਿਸ ਨਹੀਂ ਕਰਨਾ ਨਿਤਨੇਮ ਤੋਂ ਬਾਅਦ ਅੰਮ੍ਰਿਤ ਵੇਲਾ ਆ ਗਿਆ ਅੰਮ੍ਰਿਤ ਵੇਲੇ ਨੂੰ ਤਾਂ
सेंट कैविन का कि अमृत वेड़ा जो सिक्खी की जड़ आज अमृत वेड़ा आप नहीं स्ट्रोंगली आप पूरी एन नहीं फॉलो करते हैं तो ढिल करते हैं अपना सिक्खी तो थले जाने रास्ता खुल जाए। सो अमृत वेड़ा की ढिल कदे नहीं करनी। अमृत वेड़ा सब तो ज्यादा जरूरी है। प्रेम भगती शुरू उतो होंगी है। अमृत वेड़े में नाम जपया होगा एक पैर लग के डट के तां सारा दिन नाम जपाना मोटा ध्यान लगू नहीं तो सारे पासे कल जाऊगा नाम कितने जीते आऊंगा। सो अमृत वेड़ा सामना वा अमृत वेड़ा कदों होंगे वा ढाई तो पहला पहला आप उठ के इनान करना अपना वीडियो भी डिस्कस किया कि ढाई किमें कैलकुलेशन करके ढाई बजे समा निकलता ढाई तो पहला उठना अवश्य है। ढाई तो पांच का जो टाइम आ वह अमृत वेल का टाइम आ नाम बाणी जुड़ के आप वेला जो वेला वा सफल करना। पांच तो पहला आप नहीं सौ सकते। पांच तो पहला सौने असं गुरु के देणदार सानू उस समय गुरु साहब ने भगती करने लिए कहा जो आप उत्थे सौने उत्थे साडी गलती है। सो ढाई तो पांच का समा जरा अवश्य वह सफल करना आप ढाई तो जो पहला उठते हैं होर नाम बाणी कमाई का चौ रखते हैं पहला उठ सकते बारह बजे तो बाद जो मर्जी उठ के आप लग जाइए अपना काम कर। सो अमृत वेला हो गया उसमें दसवंध हो गया। दसवंध का यह भी अपना कंसैप्ट गुरु नानक देव जी तो चलता आ रहा वा। एक कहते पुरानी अखाण होंगी सी जे बाबे च नहीं दोगे तो बाबर के लै जाएंगे। बाबा कौन आ श्री गुरु नानक देव जी महाराज। बाबर किनू क्या वा बाबर क्या इतने जे आप बाबे के गुरु घर आप अपना नहीं दसवंध देवे तो बाबर के मतलब जोड़ा अपना वो मनी आ पैसा अपना रोगों के होर दुखों कलेशों के झगड़िया अपना वो पैसा उधर लग जूगा बाबर क्या वाल चले जाओ। सो बैटर आप पहला दसवंध जो अपना अपनी कमाई जी आप घर लेके आने प्रॉफिट जो नैट इनकम अपनी वो दसवां हिस्सा आप बाबे के देना गुरु घर देना आप खालसा पंथ की चढ़ती कला चलाना आप। अगली गल डायरेक्टली विवेक हो गया। विवेक की रहत रखनी है। अजक कंसैप्ट बनया हुआ भी हाँ जी सिर्फ खाण पीन की रहत को विवेक का लेवल देता पर असल विवेक जिम्मे भाई साहब ने दसिया सतगुर बचन कमावने सच्चा ही विचार वो विचार जो विवेक असल सारे हुक्म मनने जी खाण पीन की रहत विवेक का हिस्सा हो एक। सो सारे हुक्म च यही होता वो विवेक रखना वो तो बिना खाण पीन की रहत रखने तो बिना जो खालसे का न्यारापन है ना वो न्यारापन रह कायम नहीं रह सकता। भाई साहब ने इसने बचन किए कहते खालसे की रोटी बेटी की सांझ खालसे चाहिए जे आप नहीं रखते वह न्यारापन नहीं रहता है आप फिर मिलगोबा पंथ बन जाने आप। सो जो हम सिखा आप पंथ का कौम का हाल देख रहे हैं चढ़ती कला नहीं हैगी पहला वाली वो तेज प्रताप कितों आना वा यह रहता बहतों के पक्ता जब करा आप नाम बाणी की कमाई करा तो चढ़ती कला दोबारा आनी है। आप सारे कह रहे हैं कि हम पंथ का की हाल की बनूगा सल्यूशन यही है सारा रहत रख के गुरु साहब के हुक्म मान के कमाइया कर। अगली गल होर जो छोटिया रहत ने सारिया छोटिया रहतों के थोड़िया जी फॉर एग्जाम्पल दो टाइम कंघा करना केसा अपने सिर के केस दाढ़ी के केसा दो समा दो टाइम कंघा करना वा फिर अपनी दस्तार है जी टोपी वगू उतारनी है चिड़के रखनी है ऐसा नहीं कि छोटी छोटी रहत ने इशनान ठंडे पानी में इशनान करना भाई नंद लाल जी लिखते जो नहीं इशनान करना ठंडे पानी में तनखाइया वा कहते तो दातन करनी है रोज ब्रश करना मतलब। सो यह छोटिया रहत ने यह जी खालसे की रहत आ यह सारे जग ना वक्री है ये सानू असली न्यारापन दिंदी है यू आप कमावे फिर नाल भगती करा तो अपनी जी कमाई है वह थाए तो पैनी है तो गुरु साहब ने खुश होना जो गुरु साहब देखेंगे साडा सिख है जोड़ा वह हुक्मी बंदा बन के रह रहा। फूड ऑफ द खालसा दिस इज क्वाइट सेल्फ एक्सप्लेनेटरी कि जोड़ा लंगर का सिस्टम है इट्स न्यारा फ्रॉम एवरीवन एल्स इट्स डिफरेंट फ्रॉम एवरीवन एल्स सिर्फ खालसा लंगर लाउंदा ते लंगर दे विच कोई उच नीच कोई जात पात कोई कुछ नहीं है एक कोई पंगत है एवरीवन ऑन द सेम लेवल एंड गुरु साहब का हुक्म है कि जो साडे दर्शन करना होना तो लंगर छक के आना उत्थे फिर कड़ाह प्रसाद की देग जिवें सरब त्यार बरत्यार सिंह सजाते हैं कड़ाह प्रसाद की देग तो लंगर जिहड़ा त्यार बरत्यार सिंह का छकिया हो If you eat from the Abhidhar Singh's, the Langar and Kadaah Prasad Deg, that basically ensures that you will become mukt eventually. Maybe not this janam, maybe next janam, but you will get mukt. Guru Sahib de hukam ne, Guru Sahib de bachan ne, ke jada ek Kadaah Prasad Deg sakuga, wade mathe te usse time karam likha janda ke ene sikhi ne paunia, ene karam khand ya sarkhand prabhat karna hai. Okay, food prepared while chanting Naam Gurbani. This is another half of the Khalsa. ਕਿ ਜਦੋਂ ਵੀ ਆਪਾਂ ਭੋਜਨ ਛਕਣ ਲਈ ਤਿਆਰ ਕਰ ਰਹੇ ਹਾਂ ਵੀ ਆਰ ਕੁਕਿੰਗ ਵੀ ਆਰ ਨਾਟ ਵੀ ਆਰ ਨਾਟ ਵਾਚਿੰਗ ਟੀਵੀ ਐਟ ਦ ਟਾਈਮ ਵੀ ਆਰ ਨਾਟ ਪਲੇਇੰਗ ਸੌਂਗਸ ਔਰ ਐਨੀਥਿੰਗ ਐਲਸ
we're focused on Gurbani and Naam at the same time that we're cooking. Because whatever we're thinking at the time, whatever we're speaking, Udha Prabhav, that affects the food that we're cooking. And that also affects the person who's going to eat it. So, jay tusi kise da bhojan chakya tyar kar rahe ho, and that person's been listening to songs or something else, and he's swearing, oh, you'll get all that negative emotions in yourself after eating the food. Idha bahut vadda prabhav hai, even science is trying to prove this now. And moving on, dietary vivek ensures nyanapan. How do we keep separate? Malgopa panth banan to apa kime bach sakne hain. And that's dietary vivek. If we don't eat from, like I just said, Sakt. From someone who's doing all those negative things that I just mentioned. ਜਾਂ ਜਿਵੇਂ ਕੋਈ ਮਾੜੇ ਕੰਮ ਕਰਦਾ ਆ, ਜੇ ਕੋਈ ਬੱਜਤ ਕਰਤੀ ਆ, ਉਹ ਆਪਾਂ ਉਹ ਤੋਂ ਛੱਕਦੇ ਹਾਂ, ਉਹਦੇ ਪ੍ਰਭਾਵ ਆਪਣੇ 'ਤੇ ਪੈਂਦਾ. ਇਫ ਵੀ ਬੇਸਿਕਲੀ ਇਨਸ਼ੋਰ ਦੈਟ ਵੀ ਓਨਲੀ ਫਰੋਮ ਤਿਆਰ ਬਰ ਤਿਆਰ ਗੁਰਸਿੱਖਸ, ਵੀ ਕੈਨ ਬਿਕਮ ਅ ਤਿਆਰ ਬਰ ਤਿਆਰ ਗੁਰਸਿੱਖ ਅਰਸੈਲਵਸ. ਅਗਲਾ ਪੁਆਇੰਟ ਹੈ ਗੁਰਮੁਖੀ ਬਾਣਾ. ਸੋ ਐਸ ਵੀ ਮੈਂਸ਼ਨਡ ਬਿਫੋਰ, ਖਾਲਸਾ ਇਜ਼ ਦੀ ਆਰਮੀ ਆਫ ਅਕਾਲ ਪੁਰਖ. ਸੋ ਖਾਲਸਾ ਹੈਜ਼ ਅ ਯੂਨੀਫਾਰਮ. ਇਟਸ ਵੈਰੀ ਸਿੰਪਲ ਵੇ ਆਫ ਥਿੰਕਿੰਗ ਅਬਾਊਟ ਇਟ. That if we are an army of Sri Guru Gobind Singh Ji, of Akal Purakh, then we have to dress like an army. So we have a distinct uniform, distinctive clothes that Gursikhs wear, that makes us Nyara from everyone else. And what comes in that is our Dola Dastara with a Khanda and Chakkar. So having a TSC and Dastara over top, and having a Khanda Chakkar, the Sajke Rana, the Gurmukhi Bana with a Kurta, Kalyana Kurta or a Chola. So we can wear unmodest clothes. So it's modesty to khaniya. Only modesty can only be kept wearing Gurmukhi Bana. So this is the hokama to wear Gurmukhi Bana at all times. And in that comes our Panjikakar and having Shastar. So we should always be Shastratari whenever we can. Gurusada kehnda hai hamesha Shastratar rakhne chahiye dene. And so Tenpurth Kripan hove, Safa Jang, Barshe, everything, we should be proud to carry Shastar. We should be ਚਾਹਵਾਨ ਕਰੇ ਸ਼ਸਤਰ. ਗੁਰੂ ਸਾਹਿਬ ਕਹਿੰਦੇ ਨੇ ਸ਼ਸਤਰਹੀਨ ਤਾਂ ਕਬੂ ਨਾ ਹੋਈ, ਰਹਿਤਵੰਤ ਖਾਲਸਾ ਸੋਈ. ਸੋ ਹੁਣ ਵੀ ਰਹਿਤਵੰਤ ਖਾਲਸਾ ਵੀ ਆ ਸ਼ਸਤਰਧਾਰੀ. ਅੱਗੇ ਖਾਲਸੇ ਦੇ ਕਰੈਕਟਰ ਬਾਰੇ ਗੱਲ ਕਰਦੇ ਹਾਂ. ਸਭ ਤੋਂ ਪਹਿਲਾਂ ਤਾਂ ਖਾਲਸੇ ਦੇ ਵਿੱਚ ਉਹ ਸਾਰੇ ਗੁਣ ਹੁੰਦੇ ਆ ਜਿਹੜੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦੱਸੇ ਆ. ਖਾਲਸਾ ਗੁਣਾਂ ਦੀ ਖਾਣ ਹੁੰਦਾ. ਜਿਹੜੇ ਗੁਣ ਗੁਰੂ ਸਾਹਿਬ ਨੇ ਦੱਸਤੇ ਰਹਿਤਨਾਮਿਆਂ ਦੇ ਵਿੱਚ, ਗੁਰਬਾਣੀ ਦੇ ਵਿੱਚ, ਉਹ ਆਪਾਂ ਅਟੇਨ ਕਰਨੇ ਆ. ਤੇ ਜਿਹੜੇ ਔਗਣ ਦੱਸੇ ਆ ਗੁਰੂ ਸਾਹਿਬ ਨੇ, ਜਿਹਨਾਂ ਤੋਂ ਆਪਾਂ ਬਚਣਾ ਵਾ, ਵਿਵਰਜਿਤ ਕਰਨੇ, ਜਿਹੜੇ ਉਹ ਆਪਾਂ ਨਹੀਂ ਕਰਨੇ, ਤੇ ਆਪਾਂ ਉਹ ਔਗਣਾਂ ਨੂੰ ਛੱਡਣਾ. ਸੋ ਇਹ ਗੁਣ ਹੋ ਗਏ. ਤੇ ਜਿਹੜਾ ਖਾਲਸੇ ਦਾ ਆਚਰਣ ਆ, ਉਹ ਬਹੁਤ ਹੀ ਜ਼ਿਆਦਾ ਉੱਚਾ ਆਚਰਣ ਆ. ਖਾਲਸੇ ਦਾ ਬਹੁਤ ਉੱਚਾ ਆਚਰਣ ਬਖਸ਼ਿਆ ਸੱਚੇ ਪਾਤਸ਼ਾਹ ਨੇ. ਇੱਕ ਵਾਰ ਦਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਕਹਿੰਦੇ ਸਿੰਘ ਕਹਿੰਦੇ ਵੀ ਜਿਹੜੇ ਤੁਰਕ ਨੇ, ਮੁਗਲਸ ਨੇ ਜਿਹੜੇ, ਇਹ ਕਹਿੰਦੇ ਵੀ ਆਪਣੇ ਹਿੰਦੂਆਂ ਦੀਆਂ, ਕਹਿੰਦੇ ਜਿਹੜੀਆਂ ਬੀਬੀਆਂ ਨੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ, ਉਹਨਾਂ ਦੀ ਇੱਜ਼ਤ ਲੁੱਟਦੇ ਆ. ਤੇ ਕਹਿੰਦੇ ਵੀ ਇਹਨਾਂ ਨੂੰ ਆਪਾਂ ਵੀ ਸਬਕ ਸਿਖਾਉਣ ਲਈ ਕਹਿੰਦੇ ਵੀ ਸਿੰਘਾਂ ਨੂੰ ਵੀ ਘਰ ਦਿਓ. ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਕਹਿੰਦੇ ਜਿਹੜਾ ਖਾਲਸਾ ਵਾ ਉਹਨੂੰ ਅਸੀਂ ਬਹੁਤ ਉੱਚਾ ਬਣਾਇਆ ਵਾ. ਖਾਲਸੇ ਨੇ ਕਹਿੰਦੇ ਕਦੇ ਵੀ ਪਰਾਈ ਇਸਤਰੀ ਜਾਂ ਬੀਬੀ ਲਈ ਪਰਾਏ ਮਰਦ ਨਾਲ ਸੰਗ ਕਰਨ ਦੀ ਇਜਾਜ਼ਤ ਗੁਰੂ ਸਾਹਿਬ ਨੇ ਕਦੇ ਨਹੀਂ ਦਿੱਤੀ. ਦੇਖਣਾ ਵੀ ਵਿਵਰਜਿਤ ਕੀਤਾ ਗੁਰੂ ਸਾਹਿਬ ਨੇ. ਸੋ ਖਾਲਸੇ ਦਾ ਆਚਰਣ ਬਹੁਤ ਹੀ ਜ਼ਿਆਦਾ ਉੱਚਾ ਆਚਰਣ ਦਿੱਤਾ ਗੁਰੂ ਸਾਹਿਬ ਨੇ. ਉਹ ਆਚਰਣ ਆਪਾਂ ਨਹੀਂ ਨਿਭਾਵਾਂਗੇ, ਉਹ ਉੱਥੋਂ ਸਿੱਖੀ ਸ਼ੁਰੂ ਨਹੀਂ ਹੁੰਦੀ ਹੈਗੀ. ਸਿੱਖੀ ਸ਼ੁਰੂ ਹੋਈ ਜਪ ਤੋਂ ਹੁੰਦੀ ਹੈ. ਜਪ ਦਾ ਜਿਹੜਾ ਗੁਣ ਆ ਉਹ ਸਭ ਤੋਂ ਪਹਿਲਾਂ ਆਉਂਦਾ. ਅੱਗੇ ਇਹ ਗੁਣ ਜਿਹੜੇ ਮੈਂ ਇੱਥੇ ਲਿਖੇ ਹੋਏ ਨੇ, ਜਪਜੀ ਸਾਹਿਬ ਦੇ ਵਿੱਚ ਇਹ ਗੁਣ ਆਉਂਦੇ ਨੇ. ਜਪ ਹੋ ਗਿਆ, ਧੀਰਜ ਹੋ ਗਿਆ, ਇਹ ਸਾਰੇ ਗੁਣ. ਜਪ ਹੋ ਗਿਆ ਧੀਰਜ, ਭਾਉ ਹੋ ਗਿਆ ਫੀਅਰ, ਭਾਉ ਹੋ ਗਿਆ ਪ੍ਰੇਮ ਪਿਆਰ, ਤੇ ਸੰਤੋਖ ਦਇਆ ਸ਼ਰਮ ਤਪ, ਇਹ ਸਾਰੇ ਜਿਹੜੇ ਗੁਣ ਨੇ ਇਹ ਖਾਲਸੇ 'ਚ ਹੁੰਦੇ ਨੇ. ਇਹਨਾਂ ਇਹਨਾਂ ਗੁਣਾਂ ਕਰਕੇ ਖਾਲਸਾ ਖਾਲਸਾ ਬਣਦਾ. ਸੋ ਅੱਗੇ ਇਹਦੇ ਵਿੱਚੋਂ ਜਪ ਦੇ ਭਾਈ ਸਾਹਿਬ ਐਕਸਪਲੇਨ ਕਰਦੇ ਆ. So a very big part of the Khalsa's characteristics is Jat. And so when we hear Jat, Jat means chastity. And in other religions, they say if someone is a Jati, that means that they, you know, they don't get married and they live as a chaste person for the rest of their life. But in Guru Mat and Guru Sikhi, we have Ekka Nari Jati Hoi. So Guru Sahib has given us this jivan, that we can marry and have a, live a householder life while doing bhakti. And in that, we are to keep Jat. So how do we keep Jat? So Jat is kept by man bach karan. So by the mind, by bachan, and by our actions. So bachan means by our words and actions.
So if we are looking at Divya in the wrong way, that means we're doing an action. So we are not jati at that time. Jatpang ho jata apna. If we are speaking illicit words, like we're speaking vulgar words, or having inappropriate conversation with the other gender, that's also a form of breaking our jata. And if we are thinking bad things or thinking inappropriate thoughts, we are also breaking our jata. So if you don't keep jata, you can't do bhakti. Bhakti starts with jata. So while you keep jata, that's only making the bhakti. So Gusav is gonna sokam, partya rupna pekha netar. So with our eyes, we're not allowed to look at the roop of the other gender. This Gusav khas hokam netar. And so we have we have social media. We have things like Facebook, WhatsApp. And it's very easy to get very close to the other gender. So penas in the village, it was hard. Like you would have to send a chitti to the girl to get her information and stuff, right? Or aajkal ki hai, just get the number and text page or Facebook to love kids and start talking to them, right? And so now it's very easy. It's very easy to mess up. There's no, it's very informal now. It's very easy to talk to the person. You don't see their face. You don't want to get them. ਅਗੇ ਤਾਂ ਸਿੰਘ ਬੈਠਾ ਆ ਸਿੰਘ ਨਹੀਂ ਬੈਠੀ ਆ ਦੇ ਦੋ ਸ਼ਰਮ ਹੋ ਦੇਖ ਕੇ ਦਸਤਾਰ ਤੜਾ ਦੇਖ ਕੇ ਜਾਂ ਦਸਤਾਰ ਤੇ ਕਾਲ ਦੇਖ ਕੇ ਪਰ ਨਾਓ ਇਟਸ ਵੈਰੀ ਈਜ਼ੀ ਟੂ ਗੈਟ ਕਲੋਸ ਐਂਡ ਵਾ ਗੈਟਿੰਗ ਕਲੋਸ ਯੂ ਨੋ ਇਟ ਮਾਈਟ ਸਟਾਰਟ ਵੈਰੀ ਇਨਸੈਂਟਲੀ ਇਟ ਕੈਨ ਲੀਡ ਟੂ ਡੂਇੰਗ ਗਲਤੀ ਇਨ ਦ ਫਿਊਚਰ ਬਿਕਾਜ਼ ਵੈਨ ਯੂ ਗੈਟ ਕਲੋਸ ਟੂ ਦੀ ਅਦਰ ਜੈਂਡਰ ਐਂਡ ਦੇਰਸ ਨੋ ਸੁਪਰਵਿਜ਼ਨ ਇਨ ਦੈਟ ਕਲੋਸਨੈਸ ਦੈਟ ਇਟਸ ਵੈਰੀ ਈਜ਼ੀ ਟੂ ਫਾਲਚਰ ਬਿਕਾਜ਼ ਦੈਟਸ ਹਾਊ ਮਾਇਆ ਵਰਕਸ ਸੋ ਦੇਰਸ ਅ ਜਿਹੜਾ ਖਾਲਸਾ ਹੈ ਹਰ ਇਸ਼ਾ ਖਾਲਸਾ ਸ਼ੁਡ ਹੈਵ ਅ ਹਾਈ ਮੋਰਲ ਕੈਰੈਕਟਰ ਜੋ ਪੈਸਾ ਦੇ ਦੱਸਿਆ. So an example of that is, everyone knows what the Delhi rape case is, right? So in Delhi, there was Bibi, she was raped in a bus. And she died because of being raped. It was very, very violently, she was very violently raped, and it became a very big sensation in news. And it was very much like popular, everyone knows about it, and discussed at the time. So there was an interview where they said that the Bibi, when she was on her deathbed, she told her best friend that if there was a sardar in the bus, then this wouldn't have happened with me. So she had that that image of a khalsa, that if there's a khalsa there, then there's no way someone could have touched my modesty, or they could have, that she could have been raped. And maybe like arms on there, we Bombay which we look at the Kunyanu, we just rat look your late at night time, just find a taxi cab with a sing in it. So Dara not value, then you'll be okay. Okay, so Dara trust kar diya. So we should live up to that. We have to live up to that. High moral character of a khalsa. If we don't live up to that high character of a khalsa, then we can't call ourselves a khalsa. So that is very important. In that comes. Even in the early 1900s, I believe it was like when they had the trains, they would make sure that if they were sending a lady, they would make sure that lady was sent with a whole bunch of saints. Yeah, exactly. Because they would trust. We seen that only. Even there's like an ad that was going around where there was like a taxi cab and a girl's being like, and then there's a sadar and he comes and says, and so people have this image of sadars. And but if we take this image and we put it into the dirt, and we mess up this image, then we're doing a very big pop. ਕਿ ਹਾਂ ਵੀ ਤੂੰ ਉੱਥੇ ਬੀਬੀ ਨਾਲ ਇਕੱਲਾ ਕਿਹੜਾ ਗੱਲਾਂ ਮਾਰਦਾ ਸੀ, ਕੀ ਕਰਦਾ ਸੀ ਉੱਥੇ, ਜਾਂ ਕਿਸੇ ਬੀਬੀ ਨੂੰ ਇੱਦਾਂ ਕਹਿ ਸਕੇ, ਆਪਣਾ ਇੰਨਾ ਉੱਚਾ ਕਰੈਕਟਰ ਹੋਣਾ ਚਾਹੀਦਾ. ਅੱਜ ਦੇ ਇੱਥੇ ਵੈਸਟਰਨ ਕੰਟਰੀ ਦੇ ਵਿੱਚ ਖਾਸ ਕਰਕੇ ਉਹ ਜਿਹੜੇ ਉੱਥੇ ਆਪਣੇ ਸੰਸਕਾਰ ਦਿੱਤੇ ਜਾਂਦੇ ਨਾ ਪਿੰਡਾਂ ਦੇ ਵਿੱਚ, ਉਹ ਗੱਲ ਇੱਥੇ ਹੈ ਨਹੀਂ ਗੀ, ਕਿਉਂਕਿ ਖੁੱਲ੍ਹ ਖੇਡ ਜ਼ਿਆਦਾ ਹੁੰਦੀ ਆ. ਸੋ ਆਪਾਂ ਦੂਜੇ ਜੈਂਡਰ ਦੇ ਨਾਲ ਆਪਾਂ ਜ਼ਿਆਦਾ ਕਲੋਜ਼ ਹੋ ਜਾਂਦੇ ਹਾਂ, ਬਿਨਾਂ ਸੁਪਰਵਿਜ਼ਨ ਤੋਂ ਗੱਲਾਂ ਕਰਨੀਆਂ ਇੱਕ ਦੂਜੇ ਨਾਲ, ਉੱਦਾਂ ਹੀ ਬਿਨਾਂ ਮਤਲਬ ਤੋਂ ਟੱਚ ਕਰੀ ਜਾਣਾ, ਜਿਵੇਂ ਕਰ ਦਿੰਦੇ ਹਾਈ ਫਾਈਵ ਦਿੰਦੇ ਆ, ਉੱਦਾਂ ਹੀ ਇਹ ਆਪਣੇ ਆਚਰਨ, ਇਹ ਆਚਰਨ ਤੋਂ ਆਪਾਂ ਆਪਣਾ ਆਚਰਨ ਜ਼ਿਆਦਾ ਉੱਚਾ ਇਸ ਨਾਲ. ਗੁਰੂ ਸਾਹਿਬ ਦਾ ਇੱਕ ਮੈਨੂੰ ਸਾਖੀ ਯਾਦ ਆਉਂਦੀ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਬੀਬੀਆਂ ਵੀ ਆਉਂਦੀਆਂ ਸੀ, ਹੈ ਨਾ, ਤੇ ਜਦੋਂ ਬੀਬੀ ਨੂੰ ਕੋਈ ਗੁਰੂ ਸਾਹਿਬ ਵਰ ਦਿੰਦੇ ਸੀ ਨਾ, ਗੁਰੂ ਸਾਹਿਬ ਨੇ ਕਦੇ ਕਿਸੇ ਬੀਬੀ ਦੇ ਕਹਿੰਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਟੱਚ ਨਹੀਂ ਸੀ ਕਰਦੇ. ਇੱਕ ਸਾਖੀ ਆਉਂਦੀ, ਇੱਕ ਰਾਣੀ ਸੀਗੀ ਕਿਸੇ ਰਾਜ ਦੀ, ਕਹਿੰਦੇ ਉਹ ਗੁਰੂ ਸਾਹਿਬ ਤੋਂ ਵਰ ਲੈਣ ਆਈ, ਸੇਵਾ ਕੀਤੀ ਪਹਿਲਾਂ ਗੁਰੂ ਸਾਹਿਬ ਦੀ ਉਹਨੇ, ਤੇ ਗੁਰੂ ਸਾਹਿਬ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨੂੰ ਵਰ ਦਿੱਤਾ. ਜਦੋਂ ਅੱਗੇ ਝੁਕੀ ਉਹ, ਕਹਿੰਦੇ ਗੁਰੂ ਸਾਹਿਬ ਨੇ ਆਪਣੇ ਤੀਰ ਦੇ ਨਾਲ ਉਹਦੇ ਪਿੱਠ ਤੇ ਤੀਰ ਛੁਆ ਤਾ, ਤੇ ਉਹਨੇ ਗੁਰੂ ਸਾਹਿਬ ਨੂੰ ਪੁੱਛਿਆ, ਉਹਨੇ ਕਹਿੰਦੇ ਵੀ ਸੱਚੇ ਪਾਤਸ਼ਾਹ ਵੀ ਮੈਂ ਤੁਹਾਡੀ ਸੇਵਕਾ ਹਾਂ, ਤੁਹਾਡੀ ਸੇਵਾ ਕਰਦੀ ਹਾਂ, ਤੁਹਾਡੀ ਸਿੱਖ ਹਾਂ ਮੈਂ, ਕਹਿੰਦੇ ਤੁਸੀਂ ਮੈਨੂੰ ਆਸ਼ੀਰਵਾਦ ਸਿੱਧਾ ਕਿਉਂ ਨਹੀਂ ਦਿੱਤਾ?
ਗੁਰੂ ਸਾਹਿਬ ਕਹਿੰਦੇ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਸਿਰਫ ਕਹਿੰਦੇ ਆਪਣੀ ਪਤਨੀ ਨੂੰ ਛੋਇਆ, ਪਤਨੀ ਨੂੰ ਟੱਚ ਕੀਤਾ, ਅਸੀਂ ਕਿਸੇ ਬੀਬੀ ਨੂੰ ਟੱਚ ਨਹੀਂ ਕੀਤਾ ਅੱਜ ਤੱਕ। ਸੋ ਇਹ ਆਚਰਨ ਆ ਜਿਹੜਾ ਸਾਡਾ ਆਚਰਨ, ਇੱਦਾਂ ਦਾ ਖਾਲਸੇ ਦਾ ਆਚਰਨ ਹੁੰਦਾ, ਸਾਡੇ ਤੇ ਕੋਈ ਉਂਗਲੀ ਨਾ ਉਠਾ ਸਕੇ ਕਿ ਤੂੰ ਕਿਸੇ ਬੀਬੀ ਨਾਲ ਫੋਨ ਤੇ ਜਾਂ ਵਟਸਐਪ ਤੇ ਚੈਟਿੰਗ ਕਰਦਾ ਵਾ, ਤੂੰ ਗੱਲਾਂ ਕਰਦਾ ਵਾ, ਇੱਦਾਂ ਦਾ ਆਚਰਨ ਆਪਣਾ ਉੱਚਾ ਹੁੰਦਾ। ਸੋ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਹਾਂਜੀ ਆਪਾਂ ਕਿਸੇ ਬੀਬੀ ਨਾਲ ਗੱਲ ਨਹੀਂ ਕਰ ਸਕਦੇ, ਜਦੋਂ ਆਪਾਂ ਨੂੰ ਲੋੜ ਆ ਆਪਾਂ ਬੇਸ਼ੱਕ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ, ਪਰ ਬਿਨਾਂ ਮਤਲਬ ਤੋਂ ਉੱਦਾਂ ਹੀ ਗੱਲਾਂ ਕਰੀ ਜਾਣੀਆਂ ਟਾਈਮ ਪਾਸ ਕਰਨ ਲਈ ਬਸ, ਉਹ ਸਾਡਾ ਆਚਰਨ ਇੱਥੋਂ ਉੱਚਾ। ਇਹ ਗੱਲ ਆਪਾਂ ਯਾਦ ਰੱਖਣੀ। Moving on, ਪਿਛਲੀ ਪ੍ਰੈਜੈਂਟੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਗੁਰੂ ਸਾਹਿਬ ਦੁਸ਼ਟ ਦਮਨ ਨੇ, ਖਾਲਸਾ ਇਜ਼ ਦ ਸੇਮ ਬਿਕਾਜ਼ ਖਾਲਸਾ ਇਜ਼ ਗੁਰੂ ਪੰਥ ਅਤੇ ਗੁਰੂ ਗ੍ਰੰਥ, ਜਿਵੇਂ ਦੋ ਚੀਜ਼ਾਂ ਬਣਾਈਆਂ ਨੇ ਗੁਰੂ ਸਾਹਿਬ ਨੇ, ਉਹਦੇ ਵਿੱਚ ਖਾਲਸਾ ਇਜ਼ ਦ ਸਟੋਰੀ ਆਫ ਟਾਇਰਟਸ। ਸੋ ਨੋ ਮੈਟਰ ਵਟ ਔਰ ਹੂ ਇਜ਼ ਡੂਇੰਗ ਸਮ ਵਿਲਨਸ ਐਕਟ, ਵੇਅਰਐਵਰ ਇਟ ਮਾਈਟ ਬੀ, ਖਾਲਸਾ ਇਜ਼ ਆਲਵੇਜ਼ ਅਗੇਂਸਟ ਇਟ। ਖਾਲਸੇ ਦਾ ਜ਼ੁਲਮ ਨਾਲ ਸਦਾ ਵਿਰੋਧ ਆ, ਖਾਲਸਾ ਇਜ਼ ਆਲਵੇਜ਼ ਅਗੇਂਸਟ ਕਰੂਲਟੀ, ਐਂਡ ਦੈਨ ਖਾਲਸਾ ਸਟ੍ਰਾਈਵਜ਼ ਟੂ ਐਸਟੈਬਲਿਸ਼ ਜਸਟ ਰੂਲ। ਸੋ ਕਿਤੇ ਵੀ ਖਾਲਸੇ ਨੇ ਨਿਆਂ ਕਰਨਾ ਹਮੇਸ਼ਾ, ਇਜ਼ ਆਲਵੇਜ਼ ਡੂਇੰਗ ਜਸਟਿਸ। ਅੱਗੇ ਅਕੋਰਡਿੰਗ ਟੂ ਗੁਰੂ ਸਾਹਿਬ ਵਚਨ, ਖਾਲਸਾ ਵਿਲ ਰੂਲ ਦ ਹੋਲ ਵਰਲਡ। ਸੋ ਆਹ ਵਚਨ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇੱਕ ਦਿਨ ਪੱਕਾ ਆਊਗਾ ਜਦੋਂ ਇਹ ਵਚਨ ਗੁਰੂ ਸਾਹਿਬ ਦੇ ਸੱਚ ਹੋਣੇ ਨੇ, ਪਰ ਇਨ ਓਰਡਰ ਟੂ ਬ੍ਰਿੰਗ ਦੈਟ ਵੀ ਹੈਵ ਟੂ ਫਿਕਸ ਇਟ ਆਵਰਸੈਲਵਸ ਬੇਸਿਕਲੀ। ਐਂਡ ਜਿਹੜਾ ਪੰਥ ਦੀ ਸਟੇਟ ਆ, ਵੀ ਸ਼ੁਡਨਟ ਵਰੀ ਟੂ ਮੱਚ ਅਬਾਊਟ ਦੈਟ, ਵੀ ਸ਼ੁਡ ਵਰੀ ਅਬਾਊਟ ਵਾਟਸ ਇਨਸਾਈਡ ਅਸ, ਕਿ ਜੇ ਆਪਾਂ ਖਾਲਸਾ ਹਜੇ ਤੱਕ ਬਣੇ ਹੀ ਨਹੀਂ ਤਾਂ ਫਿਰ ਆਪਾਂ ਰਾਜ ਕਿਵੇਂ ਕਰਾਂਗੇ। ਇਫ ਯੂ ਬਿਕਮ ਖਾਲਸਾ ਦੈਨ ਵੀ ਕੈਨ ਫੁਲਫਿਲ ਗੁਰੂ ਸਾਹਿਬ ਹੁਕਮ, ਬਟ ਵੀ ਆਰ ਨਾਟ ਖਾਲਸਾ ਆਵਰਸੈਲਵਸ, ਵੀ ਸ਼ੁਡ ਬੀ ਸਟ੍ਰਾਈਵਿੰਗ ਟੂ ਬਿਕਮ ਇਟ। ਇਹ ਪੰਕਤੀ ਆਪਾਂ ਸਾਰਿਆਂ ਨੇ ਸੁਣੀ ਹੋਣੀ ਹੈ ਨਾ, ਜਬ ਲਗ ਖਾਲਸਾ ਰਹੇ ਨਿਆਰਾ, ਗੁਰੂ ਸਾਹਿਬ ਨੇ ਫਰਮਾਇਆ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਐਡਾ ਬੜਾ ਬਚਨ ਕਹਿਤਾ ਗੁਰੂ ਸਾਹਿਬ ਨੇ, ਨਿਆਰਾ ਪਣ ਇੰਨਾ ਜ਼ਰੂਰੀ ਹੈ। ਕਹਿੰਦੇ ਮੈਂ ਸਿੱਖ ਦੀ ਆਪਣੇ ਦੀ ਪ੍ਰਤੀਤ ਨਹੀਂ ਕਰੂੰਗਾ ਜੇ ਉਹ ਆਨ ਮਤ ਕਿਸੇ ਹੋਰ ਧਰਮ ਦੀ ਰੀਤ ਨੂੰ ਆਪਣੇ 'ਚ ਲੈ ਕੇ ਆਊਗਾ। ਨਿਆਰਾ ਪਣ ਕਮਾਉਣਾ ਆਪਾਂ, ਤੇ ਜਿਹੜੇ ਹੁਣ ਅੱਜ ਕੌਮ ਦੀ ਹਾਲਤ ਆ, ਇਹਦਾ ਇੱਕ ਮੁੱਖ ਕਾਰਨ ਇਹ ਆ ਵੀ ਸਾਡੇ ਚੋਂ ਨਿਆਰਾਪਣ ਚਲਿਆ ਗਿਆ। ਅਸੀਂ ਆਪਣਾ ਮਿਲਗੋਬਾ ਪੰਥ ਬਣਾ ਲਿਆ, ਅਸੀਂ ਵਿੱਚੇ ਰਚ ਮਿਚ ਗਏ, ਸਾਡਾ ਬਾਣਾ ਨਹੀਂ ਰਿਹਾ ਹੈਗਾ, ਸਾਡੀ ਬੋਲਚਾਲ ਵੀ ਉਹਨਾਂ ਵਾਂਗੂ ਕਿ ਗਾਲਾਂ ਗੂਲਾਂ ਕੱਢਦੇ, ਕਿੰਨੇ ਸਿੰਘ ਆਪਾਂ ਸੁਣੇ ਆ। ਅੱਜ ਦੇ ਜਿਹੜਾ ਸਿੱਖ ਆ ਇਹ ਨਿਆਰਾਪਣ ਜਿਹੜਾ ਨਹੀਂ ਰਿਹਾ, ਇਹ ਪੰਥ ਦੀ ਜਿਹੜਾ ਡਾਊਨਫਾਲ ਆ ਉਹਦਾ ਇੱਕ ਮੇਨ ਕਾਰਨ ਆ, ਰਹਿਤ ਦੇ ਵਿੱਚ ਜਿਹੜੀ ਆਪਣੀ ਵੀਕਨੈਸ ਆ ਗਈ। ਸਾਰਾ ਕੁਛ ਹੋ ਗਿਆ, ਰਹਿਤ ਜਿਹੜੀ ਖਾਣ ਪੀਣ ਦੀ ਰਹਿਤ ਉਹ ਵੀ ਨਹੀਂ ਰਹੀ। ਭਾਈ ਸਾਹਿਬ ਵੀ ਲਿਖਦੇ ਆ ਕਿ 1900s ਦੇ ਵਿੱਚ ਵੀ ਥੋੜ੍ਹੇ ਜਿਹੇ ਸਿੰਘ ਹੁੰਦੇ ਸੀਗੇ ਰਹਿਤਵੰਤ ਸਿੰਘ, ਜਿਹੜੇ ਪੂਰੀ ਰਹਿਤ ਨਿਭਾਉਂਦੇ ਸੀ ਭਾਈ ਸਾਹਿਬ ਦੇ ਟਾਈਮ, ਉਹਨਾਂ ਤੋਂ ਪਹਿਲਾਂ ਵੀ। ਸੋ ਇਹ ਡਾਊਨਫਾਲ ਦਾ ਕਾਰਨ ਹੈ ਇੱਕ। ਤੇ ਜਿਹੜਾ ਗੁਰੂ ਸਾਹਿਬ ਦਾ ਆਪਾਂ ਹੁਕਮ ਵਾਇਲੇਟ ਕਰਦੇ ਹਾਂ, ਉਹ ਗੁਰੂ ਸਾਹਿਬ ਉੱਥੇ ਤੇਜ ਪ੍ਰਤਾਪ ਨਹੀਂ ਬਖਸ਼ਦੇ। ਸਿੱਖ ਕੀ ਆ? ਸਿੱਖ ਗੁਰੂ ਕਰਕੇ ਆ, ਸਿੱਖ ਦੇ ਵਿੱਚ ਆਪਦੇ ਆ, ਸਾਡੇ 'ਚ ਤਾਂ ਕੋਈ ਗੁਣ ਹੈ ਨਹੀਂ। ਗੁਰੂ ਸਾਹਿਬ ਆਪਾਂ ਨੂੰ ਤੇਜ ਪ੍ਰਤਾਪ ਬਖਸ਼ਦੇ ਆ, ਤਬ ਲਗ ਤੇਜ ਦਿਉ ਮੈਂ ਸਾਰਾ, ਗੁਰੂ ਸਾਹਿਬ ਨੇ ਕਿਹਾ। ਤੇਜ ਪ੍ਰਤਾਪ ਉਹ ਛੀਨ ਲੈਂਦੇ ਆ ਜਦੋਂ ਆਪਾਂ ਨਿਆਰਾ ਨਹੀਂ ਰਹਿੰਦਾ, ਆਪਾਂ ਗੁਰੂ ਸਾਹਿਬ ਦੇ ਹੁਕਮ ਨਹੀਂ ਮੰਨਦੇ। ਤੇ ਅਗਲੀ ਗੱਲ ਫਿਰ ਉਹ ਆ ਗਈ, ਜੇ ਹੁਕਮ ਮੰਨਾਂਗੇ ਉਹ ਤੇਜ ਉਦੋਂ ਹੀ ਮਿਲਣਾ ਗੁਰੂ ਸਾਹਿਬ ਦਾ ਸਾਰਾ। ਤੇ ਇੱਕ ਹੋਰ ਗੱਲ, ਬਹੁਤ ਜ਼ਰੂਰੀ ਗੱਲ, ਜਿਹੜੀ ਕਹਿੰਦੇ ਗੁਰਮੁਖਾਂ ਦੇ ਜਿਹੜੇ ਬਚਨ ਹੁੰਦੇ ਆ ਨਾ, ਬਚਨ ਅਟਲ ਹੁੰਦੇ ਆ, ਬਚਨ ਪੂਰੇ ਹੁੰਦੇ, ਜਿਹੜੇ ਪਹੁੰਚੇ ਹੋਏ ਗੁਰਮੁਖ ਹੁੰਦੇ ਆ, ਬਾਣੀ 'ਚ ਵੀ ਆਉਂਦਾ ਸਾਧ ਬਚਨ ਅਟਲਦਾ। ਤੇ ਭਾਈ ਸਾਹਿਬ ਦੀ ਇੱਕ ਪਹਿਲਾਂ ਐਗਜ਼ਾਮਪਲ ਦੇ ਦੇਵਾਂ, ਅਸੀਂ ਜਦੋਂ ਗੁਰਮਤਿ ਵਿੱਚ ਕਿਤਾਬ ਦੀ ਗੱਲ ਕੀਤੀ ਸੀ ਨਾ, ਉਹ 'ਚ ਇੱਕ ਭਾਈ ਸਾਹਿਬ ਨੇ ਲਿਖਿਆ ਦਾ ਜ਼ਿਕਰ ਕੀਤਾ, ਕਹਿੰਦੇ ਉਸ ਟਾਈਮ ਜਦੋਂ ਉਹ 1900s ਦਾ ਟਾਈਮ ਸੀਗਾ ਨਾ, ਅੰਮ੍ਰਿਤ ਸੰਚਾਰ ਹੁੰਦੇ ਸੀਗੇ, ਕਿਰਪਾਨਾਂ ਨਹੀਂ ਸੀ ਅਵੇਲੇਬਲ ਹੁੰਦੀਆਂ, ਅੰਗਰੇਜ਼ਾਂ ਨੇ ਕਿਰਪਾਨ ਪਹਿਣ ਤੇ ਮਨਾਹੀ ਕੀਤੀ ਹੋਈ ਸੀਗੀ ਪਹਿਨਣ ਤੋਂ। ਤੇ ਅੰਮ੍ਰਿਤ ਸੰਚਾਰ ਜਿਹੜੇ ਕਰਦੇ ਸੀ, ਥੋੜ੍ਹੀਆਂ ਕਿਰਪਾਨਾਂ ਕਿਤੇ ਹੁੰਦੀਆਂ ਸੀਗੀਆਂ, ਜਦੋਂ ਅੰਦਰ ਪੇਸ਼ ਹੋਣਾ ਪੰਜਾਬ ਕਿਰਪਾਨ ਪਾ ਕੇ ਚਲੇ ਜਾਂਦੇ ਸੀ, ਬਾਹਰ ਆ ਕੇ ਲਾ ਕੇ ਉਹੀ ਦੂਜੇ ਨੂੰ ਦੇ ਦਿੰਦੇ ਸੀ, ਏਦਾਂ ਸਿਸਟਮ ਚੱਲਦਾ ਸੀ। ਏਦਾਂ ਵੀ ਸੁਣਨ ਨੂੰ ਮਿਲਿਆ, ਕਹਿੰਦੇ ਵੀ ਕਈ ਵਾਰ ਤਾਂ ਦਾਤੀ ਨਹੀਂ ਹੁੰਦੀ, ਜਿਹੜੀ ਦਾਤੀ ਦਾਤੀ ਸਿੱਕੋ ਸਿੱਕੋ ਹਾਂਜੀ ਸਿੱਕੋ ਯਾਰ ਪਤਾ ਨਹੀਂ ਸਿੱਕੋ ਕਿਰਪਾਨਧਾਰੀ ਹੋਊਗਾ। ਹੁਣ ਉਹ ਅੱਜ ਸਮਾਂ ਆ ਗਿਆ, ਹੁਣ ਦੇਖ ਰਹੇ ਨਾ ਆਪਾਂ ਆਪਣੇ ਕਕਾਰ ਵਾਲੀਆਂ ਕਿਰਪਾਨਾਂ ਸਾਰਿਆਂ ਦੇ ਪਾਈਆਂ ਹੋਈਆਂ ਨੇ, ਸਾਰੀ ਦੁਨੀਆਂ ਦੇ ਵਿੱਚ ਨੇ, ਹੁਣ ਕੈਨੇਡਾ ਵਾਲਿਆਂ ਨੇ ਆ ਪਲੇਨ ਦੇ ਵਿੱਚ ਵੀ ਦੱਸ ਦਿੱਤੀ ਹੈ ਨਾ। ਸੋ ਉਹ ਬਚਨ ਦੇਖੋ ਕਿਵੇਂ ਸਮੇਂ ਦੇ ਨਾਲ ਕਿਵੇਂ ਪੂਰੇ ਹੋ ਰਹੇ ਨੇ। ਐਵੇਂ ਬਚਨ ਕੀਤਾ ਭਾਈ ਸਾਹਿਬ ਨੇ, ਕਹਿੰਦੇ ਪੰਥ ਦੇ ਵਿੱਚ ਪੰਜ ਜੋਤ ਵਿਕਾਸੀ ਸਿੰਘ ਪ੍ਰਗਟ ਹੋਣਗੇ, ਉਹਨਾਂ ਨੇ ਪੰਥ ਨੂੰ ਲੀਡ ਕਰਨਾ ਵਾ, ਉਹ ਸਾਰਿਆਂ ਨੂੰ ਰਹਿਤ ਦ੍ਰਿੜਾਉਣਗੇ ਜਾਣੀ।
ਆਪਾਂ ਹੁਣ ਜਿਵੇਂ ਮਨ ਚ ਕੋਈ ਸ਼ੰਕਾ ਕਰਦਾ ਜੀ ਆਹ ਰਹਿਤ ਨਹੀਂ ਹੈਗੀ ਆਹ ਨਹੀਂ ਹੈਗੀ ਉਹ ਡੰਡੇ ਦੇ ਜ਼ੋਰ ਤੇ ਦੜਾਉਣਗੇ ਫਿਰ ਸਾਰਾ ਪੰਥ ਫਿਰ ਰਹਿਤ ਮੰਨੂਗਾ ਉਦੋਂ ਫਿਰ ਕਾਲਸਾਬੰਦੀ ਦੀ ਚੜ੍ਹਦੀ ਕਲਾ ਉਦੋਂ ਹੋਣੀ Understand also that Jyot Vigasi is someone who's had darshan of Akal Purakh. So Jyot Vigasi meaning he's experienced the Jyot of Akal Purakh. Moving on, what is the foremost duty of Khalsa in these turbulent times? Anyone? Answer this question please, or I'll pick. Khalsa de lachna banone. Khalsa de lachna banone. Khalsa de lachna banone. Aap de niji jeevan de vich. Haan ji. Why are you picking on me? You're a camp organizer. Basically, what is the, as right now, what should we be doing? What's the most important thing for us to do as a Khalsa in this time period? To follow the Khalsa's totems and act not the Amrit or the Pakkas and the Prophet and the Basis. Yeah, good. You basically said everything that I'm going to say. You must restore yourself to the former glory of the Khalsa. So that's exactly what I said. You have to basically produce the same qualities that the Pratan Khalsa have and that they had in yourself. You have to become Pratan Khalsa ourselves in order to have the same glory. How is this possible? Rehat vat rakhni. Sab log vivek apnauna. ਅੰਮ੍ਰਿਤ ਵੇਲੇ ਉੱਠਣਾ ਸਾਰੇ ਹੁਕਮ ਜਿਹੜੇ ਆਪਾਂ ਦੱਸੇ ਨੇ ਪਿੱਛੇ ਖਾਲਸੇ ਦੇ ਉਹ ਸਾਰੇ ਉਹਨਾਂ ਤੇ ਡਟ ਕੇ ਰਹਿਣਾ ਉਹਨਾਂ ਨੂੰ ਪੂਰੀ ਤਰ੍ਹਾਂ ਮੰਨਣਾ ਐਂਡ ਇੰਪਲੀਮੈਂਟ ਦੈਟ ਇਨ ਯੋਰ ਲਾਈਫਸ ਨਾਉ ਵਿਆਸ ਯੂ ਹੈਵ ਟੂ ਡੂ ਕਾਉਂਟਲੈਸ ਆਵਰਸ ਆਫ ਨਾਉ ਵਿਆਸ ਦ ਓਨਲੀ ਵੇ ਟੂ ਡੂ ਦੈਟ ਇਜ਼ ਟੂ ਗੈਟ ਅਪ ਐਟ ਅਨਦਰ ਆਵਰ ਡੂ ਅ ਸੋਲਿਡ 2 ਆਵਰਸ ਆਫ ਨਾਉ ਵਿਆਸ ਐਂਡ ਦੈਨ ਓਨਲੀ ਦੈਨ ਕੈਨ ਯੂ ਰੀਲੀ ਹੋਪ ਟੂ ਇਵਨ ਯੂ ਨੋ ਰਿਮੈਂਬਰ ਨਾਮ ਡਿਊਰਿੰਗ ਦ ਡੇ ਵਾਈਲ ਡੂਇੰਗ ਅਦਰ ਐਕਟੀਵਿਟੀਜ਼ ਕਿ ਦੈਨ ਕਈ ਪੰਕਤੀਆਂ ਆਉਂਦੀਆਂ ਨੇ ਈਵਨ ਵਾਈਲ Whatever we're doing, basically even working or laughing or, you know, doing other household chores, you have to keep doing Naamgyas. Naamgyas should be going 24/7 within yourself to become a true Khalsa. And then Gurbani Paath, become Akhand Paathi, Akhand Kirtani. So you should be striving, basically, if you're not in the Khand Pathi, I would really suggest you take a few angs at a time and practice. So, jay aapa pehla te shuru kar liye, pehle 10 ang ta chalo saukhe hi 14 ang, oh to baad Sri Raag to leke up until the end, you should be taking a few angs and then going over them over and over and over again. So, basically doing Odam, doing even, you know, just trying to become a better Khand Pathi. A Khand Kirtani is the same thing, learning Raag. And then implementing the same knowledge that you learned from Gurbani. Jivein aapa paath kari jaiye, Gurbani samjhen bhi, you start understanding Gurbani as well. And then using that same knowledge and then applying it in Kirtan. And basically melding the two together. Agge Gurbani vichar. Gurbani vichar nahi hoya. You have to read Arth Bodh. You have to become knowledgeable of the arts in Gurbani, the meanings of Gurbani as well. One point I just want to add to that as well. We at the point that we can go to the questions or any comments. So now we see in Panth is that a Khand Pathi of the day. So Ravivar Surupto, Khand Pathi, we have very little amount of Khand Pathi. The Khand Pathi is that person who can do at least 35 hours an hour anywhere they can do wrong. Tampa Mandira Khand Pathi. So in order to have that level, we have to train ourselves. We have to do it to become a Khand Pathi. We see that when Khand Pathi of the Ravivar Surupto, the Khand Pathi of the day is always. There's never like youth doing a Khand Pathi. I've heard you guys did a Khand Pathi as youth, that's really good. And it's really good with them. You keep doing that. But we need to be fluent in Pathi. Because if we have to do a Khand Pathi, we have to be the ones doing the Khand Pathi. And if there's no one there, we can't do a Khand Pathi. If there's no one to do a Khand Pathi, there's no one to do a Khand Pathi. Even if we have to do a Khand there's some places in the Western world, there's no Khand Pathi that can do Pathi in Ravivar Surupto. And what's the reason? Because we don't have that as something that needs to be done. It's not a priority anymore. Aajkal saare kidney mein marna chahte hain, but no one wants to be in a Khand Pathi because you don't get to deliver there, right? There's no panism for a Khand Pathi, right? There's no one saying my favorite Khand Pathi is this. It's always my favorite kidney. My favorite. This person is really good kidney. No one says ila bahut takra Khand Pathi hai. But itna chahiye we should be putting more stress on a Khand Pathi so that we can actually increase our spiritual level. ਗੁਰਬਾਣੀ ਵਿਚਾਰ ਦੀ ਗੱਲ ਆ ਗਈ
ਇੱਥੇ ਮੈਂ ਪੰਜਾਬੀ ਤੋਂ ਸ਼ੁਰੂ ਕਰੂੰਗਾ ਥੋੜ੍ਹੀ ਜਿਹੜੀ ਗੱਲ ਹੈ ਇੱਥੇ ਇੱਥੇ ਮੈਨੂੰ ਜ਼ਿਆਦਾ ਦੇਖਣ ਨੂੰ ਮਿਲਿਆ ਉੱਥੇ ਸਾਡੇ ਟਰਾਂਟੋ ਦੀ ਜਿਹੜੀ ਸੰਗਤ ਆ ਉਹ ਥੋੜ੍ਹੀ ਜ਼ਿਆਦਾ ਸੁਚੇਤ ਹੈ ਇਸ ਗੱਲੋਂ ਪੰਜਾਬੀ ਉੱਥੇ ਸਾਡੇ ਦੇਖਿਆ ਬੱਚੇ ਨੇ ਜਿਹੜੇ ਪਿੰਡਾਂ ਵਾਲੇ ਬੱਚਿਆਂ ਨੂੰ ਪੰਜਾਬੀ ਬੋਲਦੇ ਆ ਇੱਥੇ ਪੰਜਾਬੀ ਬੋਲਣ 'ਚ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਇੰਗਲਿਸ਼ 'ਚ ਜ਼ਿਆਦਾ ਗੱਲਾਂ ਕਰਦੇ ਆਪਸ ਦੇ ਵਿੱਚ ਸੋ ਕਿਰਪਾ ਕਰਕੇ ਬੇਨਤੀ ਹੋ ਸਾਡੀ ਤੁਸੀਂ ਘੱਟੋ ਘੱਟ ਆਪਸ ਦੇ ਵਿੱਚ ਨਾ ਪੰਜਾਬੀ ਬੋਲਿਆ ਕਰੋ ਪਹਿਲਾਂ ਆਪਾਂ ਪੰਜਾਬੀ ਸਮਝਾਂਗੇ ਗੁਰਬਾਣੀ ਦਾ ਪਾਠ ਤਾਂ ਹੀ ਆਪਾਂ ਸਮਝ ਸਕਾਂਗੇ ਹੈ ਨਾ ਜੇ ਆਪਾਂ ਪੰਜਾਬੀ ਦੇ ਵਿੱਚ ਆਪਾਂ ਇੰਨੇ ਔਖੇ ਹਾਂ ਗੁਰਬਾਣੀ ਤਾਂ ਫਿਰ ਗੁਰਬਾਣੀ ਤਾਂ ਬਹੁਤ ਦੂਰ ਦੀ ਗੱਲ ਆਪਣੇ ਜੀ ਗੁਰਬਾਣੀ ਦਾ ਗੁਰੂ ਸਾਹਿਬ ਨੇ ਹੱਦ ਕੀਤੀ ਪਈ ਆ ਕਿ ਵਰਡਸ ਇੱਦਾਂ ਦੇ ਨੇ ਜਿਹੜੇ ਸਮਝਣੇ ਇੱਕ ਪੰਜਾਬੀ ਲਈ ਵੀ ਉਹਨੂੰ ਉਦਮ ਕਰਨਾ ਪੈਂਦਾ ਸੋ ਪੰਜਾਬੀ ਕਿਰਪਾ ਕਰਕੇ ਥੋੜ੍ਹਾ ਜਿਹਾ ਮਨ ਦੇ ਵਿੱਚ ਰੱਖੋ ਕਿ ਅਸੀਂ ਸਿੱਖਣੀ ਆ ਪੰਜਾਬੀ ਇਹ ਨਹੀਂ ਹੋ ਸਕਦਾ ਕਿ ਕਿਸੇ ਲਈ ਕੋਈ ਕਹਿ ਨਹੀਂ ਜੀ ਇਹ ਤਾਂ ਕੰਮ ਬਹੁਤ ਔਖਾ ਨਹੀਂ ਹੈਗਾ ਮਨ 'ਚ ਰੱਖੋ ਗੁਰੂ ਸਾਹਿਬ ਆਪ ਕਰਾਉਂਦੇ ਆ ਸਾਰਾ ਕੁਛ ਤੇ ਅਗਲੀ ਗੱਲ ਗੁਰਬਾਣੀ ਵਿਚਾਰ ਦੀ ਵੀ ਉੱਥੇ ਪੰਜਾਬੀ ਤੋਂ ਸ਼ੁਰੂ ਹੋਣੀ ਆ ਵਿਚਾਰ ਆਪਾਂ ਕੀਤੀ ਪੰਜਾਬੀ ਸਿੱਖਾਂਗੇ ਆਪਾਂ ਬਿਆਨ ਲਵਾਂਗੇ ਗੁਰਬਾਣੀ ਦਾ ਵਿਚਾਰ ਕਰਨੀ ਜ਼ਰੂਰੀ ਕਿਉਂ ਆ ਠੀਕ ਆ ਗੁਰਬਾਣੀ 'ਚ ਪਾਰਸ ਕਲਾ ਵੀ ਆ ਹੈਗੀ ਪਾਰਸ ਕਲਾ ਆਪਾਂ ਕਲਾ ਵਰਤਦੀ ਆ ਜਦੋਂ ਗੁਰਬਾਣੀ ਦਾ ਕੋਈ ਅਭਿਆਸ ਕਰਦਾ ਪਰ ਗੁਰਬਾਣੀ ਦੇ ਗੁਰੂ ਸਾਹਿਬ ਦੇ ਹੁਕਮ ਸਮਝਣੇ ਵੀ ਆਪਣੇ ਲਈ ਜ਼ਰੂਰੀ ਨੇ ਗੁਰਬਾਣੀ ਗੁਰੂ ਸਾਹਿਬ ਨੇ ਕੀ ਲਿਖਿਆ ਵਾ ਹੁਕਮ ਸਮਝਾਂਗੇ ਤਾਂ ਹੁਕਮ ਜ਼ਿੰਦਗੀ 'ਚ ਅਪਣਾਵਾਂਗੇ ਆਪਾਂ ਜਿਵੇਂ ਭਾਈ ਸਾਹਿਬ ਨੇ ਕਿਹਾ ਸੀ ਖਾਲਸੇ ਦੇ ਲੱਛਣ ਅਪਣਾਉਣੇ ਨੇ ਉਹ ਲੱਛਣਾਂ ਤਾਂ ਆਪਾਂ ਗੁਰਬਾਣੀ ਤੋਂ ਪਤਾ ਲੱਗਣਾ ਵਾ ਤੇ ਉਹ ਗੁਰਬਾਣੀ ਦੀ ਵਿਚਾਰ ਜ਼ਰੂਰੀ ਆ ਫਿਰ ਵਿਚਾਰ ਤੋਂ ਹੀ ਸਾਰਾ ਕੁਛ ਨਿਕਲਦਾ ਅੱਗੇ ਆਪ ਵਿਚਾਰ ਕਰਨੀ ਆਪਾਂ ਸਿੱਖਣੀ ਕਥਾ ਵੀ ਸੁਣਨੀ ਆ ਠੀਕ ਆ ਪਰ ਆਪ ਵੀ ਵਿਚਾਰ ਕਰਨੀ ਸਿੱਖੀਏ ਆਪਾਂ ਨੂੰ ਵਰਡਸ ਦੇ ਅਰਥ ਪਤਾ ਹੋਣ ਤੇ ਇੱਥੇ ਇੱਕ ਗੱਲ ਹੋਰ ਮਨ ਦੇ ਵਿੱਚ ਆਉਂਦੀ ਆ ਪੰਥ ਦੇ ਵਿੱਚ ਪਾਠ ਕਰਨ ਦੇ ਜਿਵੇਂ ਅਲੱਗ ਅਲੱਗ ਤਰੀਕੇ ਨੇ ਠੀਕ ਆ ਤੇ ਇੱਕ ਸਾਖੀ ਯਾਦ ਆਉਂਦੀ ਆ ਭਾਈ ਮਨੀ ਸਿੰਘ ਜੀ ਦੀ ਸਾਖੀ ਆ ਕਹਿੰਦੇ ਜਦੋਂ ਦਸਮੇਸ਼ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਦੋਂ ਲਿਖਵਾਇਆ ਭਾਈ ਮਨੀ ਸਿੰਘ ਜੀ ਤੋਂ ਤੇ ਉੱਥੇ ਕਹਿੰਦੇ ਜਦੋਂ ਸੰਪੂਰਨ ਹੋ ਗਿਆ ਸਰੂਪ ਕਹਿੰਦੇ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਕੁਐਸਚਨ ਕੀਤਾ ਭਾਈ ਜੀ ਕਹਿੰਦੇ ਕਿ ਗੁਰੂ ਸਾਹਿਬ ਜੀ ਜਿਹੜਾ ਸਰੂਪ ਪਹਿਲਾਂ ਆਪਣਾ ਆਦਿ ਗੁਰੂ ਗ੍ਰੰਥ ਸਾਹਿਬ ਜੀ ਸੀਗੇ ਕਹਿੰਦੇ ਉਹਨਾਂ ਦੇ ਵੀ ਕਹਿੰਦੇ ਅਸੀਂ ਦਰਸ਼ਨ ਕੀਤੇ ਆ ਕਹਿੰਦੇ ਉਹਨਾਂ ਦੇ ਵਿੱਚ ਜਿਹੜੇ ਬਿੰਦੀਆਂ ਨੇ ਜਿਹੜੀਆਂ ਉਹ ਜ਼ਿਆਦਾ ਸੀਗੀਆਂ ਇਸ ਸਰੂਪ ਨਾਲੋਂ ਤੇ ਕਹਿੰਦੇ ਵੀ ਇਹਦਾ ਦੱਸੋ ਤੁਸੀਂ ਮੇਰਾ ਸ਼ੰਕਾ ਨਿਵਰਤ ਕਰੋ ਤੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਜਿਹੜੇ ਬਿੰਦੇ ਨੇ ਕਹਿੰਦੇ ਭਾਣੇ ਦੇ ਵਿੱਚ ਅਕਾਲਪੁਰ ਦੇ ਭਾਣੇ 'ਚ ਹੋਇਆ ਬਿੰਦੇ ਅਸੀਂ ਘੱਟ ਉਚਾਰੇ ਨੇ ਤੇ ਪਰ ਕਹਿੰਦੇ ਜਿਹੜੇ ਸਾਡੇ ਸਚਿਆਰ ਸਿੱਖ ਹੋਊਗਾ ਜਿਹੜਾ ਗੁਰਬਾਣੀ ਨੂੰ ਸਮਝੂਗਾ ਕਹਿੰਦੇ ਉਹਦੀ ਵਿਵੇਕ ਬੁੱਧੀ ਨਾਲ ਕਹਿੰਦੇ ਬਿੰਦੇ ਉਚਾਰੂਗਾ ਸੋ ਬਿੰਦੇ ਉਚਾਰਨੇ ਨੇ ਇਹ ਸਾਖੀ ਮਿਲ ਗਈ ਇਹ ਤੋਂ ਬਿਨਾਂ ਹੋਰ ਕਿੰਨੀਆਂ ਇੱਦਾਂ ਦੀਆਂ ਰੈਫਰੈਂਸਿਸ ਮਿਲਦੀਆਂ ਨੇ ਆਪਾਂ ਨੂੰ ਪੰਥ ਦੇ ਵਿੱਚ ਜਿਹਦੇ ਵਿੱਚ ਬਿੰਦੀਆਂ ਜਿਹੜੀਆਂ ਉਚਾਰਨੀਆਂ ਨੇ ਉਹਦਾ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ ਵਾ ਫੋਰ ਐਗਜ਼ਾਮਪਲ ਰਾਮ ਕਲੀ ਕੀ ਵਾਰ ਦਾ ਪਾਠ ਸਾਰੇ ਕਰਦੇ ਹੁੰਦੇ ਆ ਰੋਜ਼ ਹਾਂਜੀ ਰਾਮ ਕਲੀ ਕੀ ਵਾਰ ਦਾ ਪਾਠ ਰੋਜ਼ ਕਰਨਾ ਚਾਹੀਦਾ ਬਹੁਤ ਇਹਦੇ ਵਿੱਚ ਸ਼ਕਤੀ ਆ ਪਾਠ ਦੇ ਵਿੱਚ ਬਹੁਤ ਫਾਇਦੇ ਨੇ ਸਿੰਘਾਂ ਨੇ ਦੱਸਿਆ ਤੇ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਆ ਪੁੱਤਰੀ ਕੌਣ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਹੈ ਉਹ ਕੋਈ ਪੰਕਤੀ ਕੋਈ ਸਿੰਘ ਜੇ ਸੁਣਾ ਸਕੇ ਪੁੱਤਰੀ ਓਕੇ ਸੋ ਮੈਂ ਹੀ ਦੱਸਦਾ ਉਹਦੇ ਚ ਲਿਖਿਆ ਪੁੱਤਰੀ ਕੌਣ ਨਾ ਪਾਲਿਓ ਜੇ ਆਪਾਂ ਪੜ੍ਹਦੇ ਹਾਂ ਨਾ ਉੱਥੇ ਬਿੰਦੀ ਨਹੀਂ ਲਾਈ ਵੀ ਗੁਰੂ ਸਾਹਿਬ ਨੇ ਉੱਥੇ ਪੁੱਤਰੀ ਬਣਦਾ ਜੇ ਬਿੰਦੀ ਨਹੀਂ ਲਾਓਗੇ ਹੁਣ ਸਾਰੇ ਜਣੇ ਮੈਨੂੰ ਦੱਸੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰੀ ਸੀਗੀ ਕੋਈ ਪੁੱਤਰੀ ਨਹੀਂ ਸੀ ਨਾ ਸੋ ਫਿਰ ਉਹਦਾ ਅਰਥ ਕੀ ਕਰਾਂਗੇ ਫਿਰ ਸਾਨੂੰ ਕੀ ਇਹ ਸਮਝਣਾ ਪਊਗਾ ਗੁਰੂ ਸਾਹਿਬ ਨੇ ਅਰਥ ਵਿਚਾਰ ਬਿਨਾਂ ਅਰਥ ਕੋਈ ਬਾਣੀ ਲਿਖਤੀ ਉਹਦਾ ਕੋਈ ਅਰਥ ਵੀ ਬਣਦਾ ਨਾ ਉਹਦਾ ਅਰਥ ਬਣਦਾ ਪੁੱਤਰਾਂ ਨੇ ਗੁਰੂ ਸਾਹਿਬ ਦਾ ਕੌਲ ਗੁਰੂ ਸਾਹਿਬ ਦਾ ਹੁਕਮ ਨਹੀਂ ਪਾਲਿਆ ਪੁੱਤਰਾਂ ਨੇ ਦਾ ਮਹਿਣਾ ਕੱਢਣ ਲਈ ਸਾਨੂੰ ਬਿੰਦੀ ਲਾਉਣੀ ਪੈਣੀ ਆ ਉੱਥੇ ਪੁੱਤਨੀ ਕੌਲ ਨਾ ਪਾਲਿਓ ਏਦਾਂ ਗੁਰਬਾਣੀ ਦੀ ਵਿਚਾਰ ਕਰਕੇ ਗੁਰਸਿੱਖਾਂ ਤੋਂ ਪਤਾ ਲੱਗਦਾ ਕਿ ਬਿੰਦੀਆਂ ਕਿੱਥੇ ਕਿੱਥੇ ਲਾਉਣੀਆਂ ਨੇ ਇਹ ਸਾਨੂੰ ਇਹ ਸੰਥਿਆ ਲੈਣੀ ਪੈਣੀ ਆ ਜਾਂ ਸਾਨੂੰ ਆਪ ਵਿਚਾਰ ਕਰਨੀ ਪੈਣੀ ਆ ਹੌਲੀ ਹੌਲੀ ਵਿਚਾਰ ਆ ਜਾਂਦੇ ਜੇ ਬਾਣੀ ਦਾ ਪਾਠ ਆਪਾਂ ਲਗਾਤਾਰ ਕਰਦੇ ਹਾਂ ਸੋ ਇਹਦਾ ਧਿਆਨ ਆਪਾਂ ਸਾਰਿਆਂ ਨੇ ਰੱਖਣਾ ਵਾ ਬਾਕੀ ਕਿਸੇ ਨਾਲ ਬਹਿਸ ਕਰਨ ਦੀ ਨਹੀਂ ਲੋੜ ਹੈਗੀ ਆਪਾਂ ਨੂੰ ਬਈ ਜੀ ਨਹੀਂ ਏਦਾਂ ਕਰਨਾ ਏਦਾਂ ਬਹਿਸ ਕਰਨ ਦੀ ਲੋੜ ਆਪਦੀ ਵਿਵੇਕ ਬੁੱਧ ਵਰਤੋ ਤੁਸੀਂ ਉਸ ਹਿਸਾਬ ਨਾਲ ਕਰ ਲਓ ਪੁਰਾਤਨ ਸਿੰਘ ਬਹੁਤ ਮਿਲਦੇ ਭਾਈ ਸਾਹਿਬ ਰਣਧੀਰ ਸਿੰਘ ਨੇ ਗੁਰਬਾਣੀ ਦੀਆਂ ਲਗਾ ਮਾਤਰਾ ਦੀ ਇੱਕ ਪੂਰੀ ਕਿਤਾਬ ਲਿਖਤੀ ਉਹ ਪੂਰੀ ਕਿਤਾਬ ਦੇ ਵਿੱਚ ਭਾਈ ਸਾਹਿਬ ਨੇ ਕਿੰਨੀ ਥਾਂ ਤੇ ਲਿਖਿਆ ਕਿਵੇਂ ਉਚਾਰਨ ਕੀਤਾ ਸਾਰਾ ਕੀਤਾ ਇਹ ਕਿੰਨੇ 100 ਸਾਲ ਪਹਿਲਾਂ ਦੀ ਗੱਲ ਆਪਣੀ ਸੋ ਇਹ ਨਹੀਂ ਹੈਗਾ ਕਿ ਉਚਾਰਨਾ ਜਿਹੜਾ ਉਹ ਆਪਣੇ ਲਈ ਕਾਫ਼ੀ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਕਿੰਨਾ ਜ਼ਰੂਰੀ ਆ ਸਾਖੀਆਂ ਦੇ ਵਿੱਚ ਵੀ ਕਿੰਨੀ ਕਿੰਨੀ ਥਾਂ ਤੇ ਆਉਂਦਾ ਯਾ ਉਜ਼ਾਨਾ ਆਉਂਦਾ ਉੱਥੇ ਬਲਵੰਡ ਖੀਵੀ ਨੇ ਐਗਜ਼ਾਮ ਜਿਸ ਬਹੁਤੀ ਸ਼ੌਂਪ ਤਰਾਲੀ ਹੁਣ ਉੱਥੇ ਜਨ ਕਹਾਂ ਕਿ ਜਾਨਾ ਜਿਹੜਾ ਜਨ ਦਾ ਅਰਥ ਨਹੀਂ ਉੱਥੇ ਬਣਦਾ ਜਨ ਦਾ ਮਤਲਬ ਔਰਤ ਹੁੰਦਾ ਵਾ ਨੇਕ ਜਨ ਨੇਕ ਔਰਤ ਆ ਕਹਿੰਦੇ ਮਾਤਾ ਖੀਵੀ ਜੀ ਤੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਗਏ ਜਿਹੜੇ ਜਿਹੜੇ ਦੇਸ਼ ਦੇ ਵਿੱਚ ਗਏ ਨੇ ਉੱਥੇ ਗੁਰੂ ਸਾਹਿਬ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਉਪਦੇਸ਼ ਕੀਤਾ ਵਾ ਹੁਣ ਉੱਥੇ ਅਸੀਂ ਕੰਮ ਦੇ ਵਿੱਚ ਭਾਈ ਸਾਹਿਬ ਦੱਸਦੇ ਹੁੰਦੇ ਆ ਕਹਿੰਦੇ ਕੋਈ ਅਰਬ ਕੰਟਰੀ ਦਾ ਕੋਈ ਬੰਦਾ ਮਿਲਿਆ ਹਨਾ ਕੋਈ ਤੇ ਉਹਦੇ ਜਦੋਂ ਵਿਚਾਰ ਕਰਦੇ ਆ ਕਹਿੰਦੇ ਪਤਾ ਲੱਗਿਆ ਕਹਿੰਦੇ ਉੱਥੇ ਉਹਦਾ ਕੋਈ ਵਰਡ ਫੋਰ ਐਗਜ਼ਾਮਪਲ
ਜਿਵੇਂ ਕਿਹੜਾ ਹੁੰਦਾ ਜ਼ੋਰ ਵੀ ਉਹਨਾਂ ਦਾ ਹੀ ਆ ਨਾ, ਜਿਵੇਂ ਜ਼ੋਰ ਆ ਗਿਆ ਅੱਖ ਜ਼ੋਰ ਚ ਪੈਣਾ ਜ਼ੋਰ, ਹਾਂਜੀ ਜਿਹੜਾ ਜ਼ੋਰ ਸ਼ਬਦ ਆ ਉਹਨਾਂ ਉਹਨਾਂ ਦੀ ਭਾਸ਼ਾ ਚੋਂ ਆਇਆ। ਹੁਣ ਉੱਥੇ ਗੁਰੂ ਸਾਹਿਬ ਨੇ ਜਾ ਕੇ ਉੱਥੇ ਉਹਨਾਂ ਨੂੰ ਉਪਦੇਸ਼ ਕੀਤਾ, ਉਹ ਕਹਿੰਦੇ ਸਾਨੂੰ ਜ਼ੋਰ ਦਾ ਤਾਂ ਪਤਾ ਹੀ ਨਹੀਂ ਕੀ ਹੁੰਦਾ, ਉਹਨਾਂ ਨੂੰ ਜ਼ੋਰ ਸ਼ਬਦ ਦਾ ਪਤਾ ਹੀ ਨਹੀਂ। ਪਤਾ ਤਾਂ ਲੈਣਾ ਗੁਰੂ ਸਾਹਿਬ ਉਹਨਾਂ ਦੀ ਭਾਸ਼ਾ ਦੇ ਵਿੱਚ ਉਪਦੇਸ਼ ਕੀਤਾ, ਉਹਨਾਂ ਦੀ ਲੈਂਗੁਏਜ ਵਾਂਗੂ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਉਹਨਾਂ ਨੂੰ ਜ਼ੋਰ ਕਹਿਣਾ। ਐਵੇਂ ਕਿੰਨੀਆਂ ਗੱਪਾਂ ਨੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਵਿੱਚ, ਖਾਸ ਕਰਕੇ ਗੁਰੂ ਸਾਹਿਬ ਨੇ ਫਾਰਸੀ ਦੇ ਵਿੱਚ ਬਹੁਤ ਬਾਣੀ ਉਚਾਰੀ ਆ, ਅਰਬੀ ਦੇ ਵਿੱਚ ਬਹੁਤ ਬਾਣੀ ਉਚਾਰੀ ਆ, ਉੱਥੇ ਕਿੰਨੇ ਕਿੰਨੇ ਹੀ ਜ਼ਿਆਦਾ ਹੁੰਦਾ, ਕਿੰਨੀਆਂ ਬਹੁਤ ਥਾਂ ਤੇ ਬਿੰਦੀਆਂ ਲੱਗਦੀਆਂ ਨੇ, ਜੱਜੇ ਪੈਰ ਬਿੰਦੀ ਲੱਗਦੀ ਆ। ਸੋ ਇਹ ਗੱਲ ਦਾ ਧਿਆਨ ਰੱਖਣਾ ਵਾ, ਪਾਠ ਤੁਸੀਂ ਸਿੱਖ ਸਕਦੇ ਹੋ, ਸੰਥਿਆ ਲਓ ਤੇ ਗੁਰਸਿੱਖ ਜਿਹੜੇ ਵਿਚਾਰ ਕਰਦੇ ਆ ਉਹਨਾਂ ਦੇ ਨਾਲ ਵਿਚਾਰ ਕਰੋ, ਆਪਦੀ ਵਿਵੇਕ ਬੁੱਧ ਵਰਤ ਕੇ ਕਰੋ, ਕਿਸੇ ਨਾਲ ਬਹਿਸ ਕਰਨ ਦੀ ਲੋੜ ਨਹੀਂ ਹੈਗੀ। ਸੋ ਵੀ ਹੈਵ ਸਮ ਐਨੈਕਡੋਟਸ ਵਿਚ ਆਰ ਸਮ ਰੀਅਲ ਲਾਈਫ ਸਿਨੈਰੀਓਸ ਅਬਾਊਟ ਇਟ, ਡਿਸਕਸ ਐਂਡ ਹੈਵ ਪੀਪਲ ਟ੍ਰਾਈ ਟੂ ਆਨਸਰ ਦ ਵਾਟ ਦੇ ਸ਼ੁੱਡ ਬੀ ਡੂਇੰਗ ਇਨ ਦਿਸ ਸਿਚੁਏਸ਼ਨ। ਸੋ ਦ ਫਰਸਟ ਐਨੈਕਡੋਟ ਇਜ਼ ਵਾਟ ਵੁੱਡ ਅ ਖਾਲਸਾ ਡੂ ਇਨ ਅ ਸਕੂਲ ਸਿਨੈਰੀਓ। ਸੋ ਲੈਟਸ ਸੇ ਯੂ ਗੋਇੰਗ ਟੂ ਸਕੂਲ ਐਂਡ you're getting made fun of for keeping ears astar or for keeping case. If you're GP and you have facial hair, then you're getting made fun of for keeping your case. Or you're not allowed to tie the star to school. Or they're telling you you can't wear a coupon to school. Or kids are making fun of you for wearing vana. So what should a what are the khalsa do in this situation? Can anyone answer? You can explain to the teacher and maybe the whole classroom the like why you're the star. Okay, so you try to explain to the teacher, to the class why you're actually doing this. What else would a khalsa do? So would a khalsa ever give up those reds? No. If school is not allowing them to keep the red? No. So exactly, so you know, when you're going to school, it might be hard to keep a bake at school, it might be hard to wear your bana or to have the star or to keep facial hair. But if you give up those things, you're going to not be a khalsa anymore. So we can't get stuck in the pressure of the world, we have to remain in Yara. So, ਅਗਲਾ ਜਿਹੜਾ ਸਿਨੈਰੀਓ ਆ, ਅੱਜ ਕੱਲ੍ਹ ਪਤਾ ਹੀ ਆਪਾਂ ਨੂੰ ਗਰਲਫ੍ਰੈਂਡ ਬੋਏਫ੍ਰੈਂਡ ਦਾ ਜ਼ਮਾਨਾ ਚੱਲਦਾ, ਕਾਲਾ ਯੁੱਗ ਵਧਿਆ ਹੋਇਆ ਤੇ ਹਰੇਕ ਜਿਹੜਾ ਜਵਾਨੀ ਦੇ ਵਿੱਚ ਹਰੇਕ ਬੰਦਾ ਇੱਧਰ ਨੂੰ ਭੱਜਦਾ ਤੇ ਗਰਲਫ੍ਰੈਂਡ ਹੋਵੇ ਬੋਏਫ੍ਰੈਂਡ ਹੋਵੇ। ਸੋ ਇੱਕ ਆਪਾਂ ਵਿਚਾਰ ਕਰੀਏ, ਮੰਨ ਲਓ ਕਿਸੇ ਨੂੰ ਸਕੂਲ ਵਗੈਰਾ ਦੇ ਵਿੱਚ ਕਿਤੇ ਵੀ ਕੰਮ ਤੇ ਜਾਂ ਕਿਤੇ ਵੀ ਕਿਸੇ ਨੂੰ ਕੋਈ ਮੁੰਡਾ ਜਾਂ ਕੁੜੀ ਚੰਗਾ ਲੱਗਦਾ, ਉਹਦੇ ਵੱਲ ਅਟਰੈਕਟ ਹੁੰਦਾ ਉਹ, ਠੀਕ ਆ, ਜਾਂ ਫਿਰ ਕੋਈ ਉਹਨੂੰ ਅਪਰੋਚ ਕਰਦਾ, ਉਸ ਸੀਨ ਦੇ ਵਿੱਚ ਖਾਲਸੇ ਨੂੰ ਕੀ ਕਰਨਾ ਚਾਹੀਦਾ? If you don't understand what I'm saying, then if you like somebody or someone likes you and they're making advancements on you and they're trying to flirt with you, then what would a khalsa do in that situation? ਬਿਲਕੁਲ, ਗੁਰਬਾਣੀ ਬਹੁਤ ਮਦਦ ਕਰਦੀ ਆ ਇੱਦਾਂ ਦੇ ਕਿਸੇ ਵੀ ਹਾਲਤ ਦੇ ਵਿੱਚ। ਹਾਂਜੀ, ਸੋ ਉਸ ਹਾਲਤ ਦੇ ਵਿੱਚ ਪਹਿਲਾਂ ਤਾਂ ਆਪਾਂ ਨੇ ਇਹ ਦੇਖਣਾ ਕੀ ਹੋ ਕੀ ਰਿਹਾ ਉਸ ਟਾਈਮ ਜਿਹੜਾ ਕਾਮ ਦਾ ਭੂਤ ਆਪਣੇ ਤੇ ਅਟੈਕ ਕਰ ਰਿਹਾ, ਆਪਣੇ ਨੂੰ ਕਾਮ ਦਾ ਭੂਤ ਅਟੈਕ ਕਰ ਰਿਹਾ, ਉਹ ਤੋਂ ਬਚਣਾ ਕਿਵੇਂ ਆ? ਜਿਵੇਂ ਭਾਈ ਸਾਹਿਬ ਨੇ ਦੱਸਿਆ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੇ, ਉਹ ਮੰਨ ਲਓ ਜਦੋਂ ਕਿਸੇ ਨੂੰ ਕੋਈ ਚੰਗਾ ਕੋਈ ਲੱਗਦਾ ਨਾ, ਕੋਈ ਅਟੈਕ ਕਰਦਾ ਬੰਦਾ ਬੇਤੁਕਾ ਉਹਦੇ ਦੇਖੀ ਜਾਊ ਉਹਦੇ ਵੱਲ, ਫਿਰ ਕਿਹੜੀ ਪੰਕਤੀ ਯਾਦ ਕਰਨੀ ਆ? ਪਾਤਰ ਰੂਪ ਨਾ ਪੇਖਾ ਨੇਤਰ, ਰੂਪ ਨੀ ਨਿਹਾਰਨਾ, ਓਦਾਂ ਨੀ ਹੈਗਾ ਕਿ ਅਸੀਂ ਅੱਖਾਂ ਬੰਦ ਕਰ ਲੈਣੀਆਂ ਨੇ, ਰੂਪ ਨੀ ਨਿਹਾਰਨਾ ਹੈਗਾ। ਸੋ ਐਵੇਂ ਬਚਣਾ ਵਾ, ਆਪਣੇ ਮਨ ਨੂੰ ਸਮਝਾਉਣਾ ਵਾ ਕਿ ਗੁਰੂ ਸਾਹਿਬ ਦਾ ਹੁਕਮ ਆ, ਇਹ ਜਿਹੜੀ ਬਗਾਨੀ ਧੀ ਬਗਾਨੀ ਬੀਬੀ ਆ ਨਾ, ਉਹਨੂੰ ਆਪਣੀ ਧੀ ਭੈਣ ਕਰਕੇ ਜਾਣਨਾ, ਸੇਮ ਹੁਕਮ ਬੀਬੀਆਂ ਦੇ ਲਈ ਆ। ਸੋ ਆਪਣੇ ਮਨ ਨੂੰ ਸਮਝਾਉਣਾ ਕਿ ਵੀ ਤੇਰੇ ਤੇ ਵਿਕਾਰ ਅਟੈਕ ਕਰ ਰਿਹਾ, ਅਸੀਂ ਬਚਣਾ ਵਾ ਇਹਦੇ ਤੋਂ। ਸੋ ਉੱਥੋਂ ਜੇ ਕੋਈ ਏਦਾਂ ਤੁਹਾਨੂੰ ਕਰਦਾ, ਤੁਸੀਂ ਉੱਥੋਂ ਸੰਕੋਚ ਕਰ ਲਓ, ਉਹਤੋਂ ਤੁਸੀਂ ਪਿੱਛੇ ਹਟ ਜਾਓ, ਨਾ ਉਹਦੇ ਨਾਲ ਗੱਲ ਕਰੋ ਜ਼ਿਆਦਾ, ਕਿਉਂਕਿ ਗੱਲ ਅੱਗੇ ਨਾ ਵਧੇ, ਇੱਥੋਂ ਹੀ ਗੱਲ ਸ਼ੁਰੂ ਹੁੰਦੀ ਆ ਸਾਰੀ, ਇੱਥੋਂ ਹੀ ਵੱਡੀਆਂ ਵੱਡੀਆਂ ਗਲਤੀਆਂ ਜਿਹੜੀਆਂ ਇੱਥੋਂ ਸ਼ੁਰੂ ਹੁੰਦੀਆਂ। ਸੋ ਇਹ ਗੱਲ ਦਾ ਧਿਆਨ ਰੱਖਣਾ। Next is a work scenario. So if you were at an interview and then you're told that you have to tie your beard or something like that, or a baby might be told you can't wear bana, you can't tie the star or something like that, what would a khalsa do in that scenario?
Okay, so Pella Gandhiya, no work there. That's a really good answer. Find another job. And then Singh just answered that you can contact a Sikh organization like the VSO or something like that and then fight for your rights. That's a really good answer as well. So what are thoughts? So do you just accept it as hokam? It's hokam, meaning that if a Guruji was going to put you in that position, that you would get that job. If you're not there, you may not be supposed to be at that job at that point in time as well. It might be hokam as well, like you just said, that job might even lead to more faults in your sikhi. That you might be, you might even fall lower in sikhi, even if they didn't tell you that you can't do something, you can't tie your beard. Okay, people sort of like that. Just want to add a really quick one on this. We've seen this case happen a lot, is people will say, no, I can't wake up Amritra, because if I wake up Amritra, I get late for work, or I obviously be at work, or after work for 8 hours, I work till 11 o'clock at night, or I work all night shift, then what should I do? So it's a really good question. Can anyone give a suggestion? What should someone do how can someone keep Amritra? Or should they decide between Amritra or the night shift, and how can they kind of won't do that? I actually work nights, and I've done Amritra at work sometimes, so that's something I'm still working on, but I'm dead tired during my work. It's also like I need to work safely too with patients, and something I'm working on. But doing it on your breaks, doing your nickname during your break. So what a Khalsa would do is we choose Guru Sahib over everything else. So saying like, I think that it's better to like stay hungry than to earn food in a way that you're gonna not please Guru Sahib. So jab apan ohi kaam karna jide vich Guru Sahib di khushi nahi milni, to better ke oh kaam na hi kare. So we should never ever let your Amritra go for something like a job. So if they night shift kaam kar diyo, then you figure that out yourself. But Amritra nikal miss kar sakde. You never use that as an excuse. Uchi bolo ji. I just want to comment as well, something that maybe will inspire everybody sitting here. Back home, we have a group of us, maybe 15 to 20 students in the community, who get together every single morning for Amritra. And most of them are working. And they're working really, really hard jobs, labor jobs, exhausting jobs. And they get home late, and then they have to make their own food, and they have the extra nitinim box to shoot on top of their normal nitinim. And yet they still all, every single day, reach on time for Amritra. And usually nobody reaches later than 3 o'clock. And then before that they do the nitin, then they come, then they do non simmer together. After that they all stay for Asati Bharitan, and then they go home and maybe they get a little bit of rest before they go to work. So it is possible, right? You don't have to compromise your Amritra for work or school. But that's up to you, how much udam you are willing to do, how much you are willing to sacrifice of your sleep, how passionate you are about following Guru Sahib's hukam. And these are all very, very jardikala Guru Sikhs. But they all recently took Amrit. Like, these are all people who are very new to Sikhi as well. They're just very passionate, and they're willing to go that extra mile. So they he drives a truck. So the Amar Shakya, he's a truck driver and he was going on runs to Montreal. So it was winter that time, so it's snowy outside, and when you go to Montreal, it's even colder than Toronto, right? So here is the kind of engineering, something like minus 30, 32, 35, right? That's how cold it is. So I was saying the problem is on the way from Arizona, he'd be going driving during Amritra, and there was nowhere to do Ishnan. So he's trying to figure out where he goes. There's no showers on the way when he was driving. So what he did is he would take a 10 feet of water with him, with Pani, and he stopped the truck on the side of the highway. He'd open the door, take his clothes off, get out of the truck in the minus 35, 34 temperatures, and got back in the truck and drove through. Then he did this for many months. So he kept doing this. Hajibi truck and all that thing. This is how you need dirta. All you need to do is wish that you want to keep breath, and Guru Sahib makes that possible for you. So take inspiration from these kind of things, that there's no way, there can be no reason not to do Amritra or to keep breath. So we're going to take this time for any questions, and then if there's no questions in the audience, we can do the question answer from the box as well. Just a comment. I think sometimes
I'm speaking personally, is that we'll make excuses, meaning that if you have to be at work at 5 o'clock, you're going to get up at 3 o'clock anyway to be at work at 5 o'clock. The thing is, we have to put importance on Amrit Villa that we have to value it to the point that we value it more than work, because if we have to catch a flight at 5 o'clock in the morning, we're going to wake up at 3:30 anyway. So that's the thing, is it's more like you said, you have to focus on your rat, you have to focus on your combined as well. Yeah, we hear that a lot, right? We hear the people saying that, oh, you know, Amrit Villa is not a lot of people, you know, you know, ਤੇ ਜੇ ਫੋਨ ਆ ਜਾਵੇ ਵੀ ਸਵੇਰ ਟਰੱਕ ਦੇ ਟਰੱਕ ਚੜ੍ਹਨਾ ਹੈ 4 ਵਜੇ 9 ਫਾਨ ਉੱਠ ਜਾਣਗੇ 2:30 ਵਜੇ ਰਾਈਟ ਨਾ ਨਾ ਨਹੀਂ ਸ਼ੋਰ ਆਉਂਦੀ ਪੈਸੇ ਮਿਲਣੇ ਆ ਨਾ ਸੋ ਫਿਰ ਬੰਦਾ ਟਰੱਕ ਉੱਠ ਜਾਂਦਾ ਨਾ ਮਾਰ ਹਾਲ ਦੇ ਟਿਪਸ ਲੈ ਲੈ ਵੀ ਹੇਅਰ ਆਮ ਨੋ ਆਵੀ ਨੋ ਕਿ ਪੋਲ ਦਾ ਟੂ ਰਾਈਟ ਟਰੱਕ ਡਰ ਦਾ ਬਹੁਤ ਜ਼ਿਆਦਾ ਇੰਚੂ ਰਹਿੰਦਾ ਨਾ ਜਿਹਦਾ ਰਾਤ ਨੂੰ ਟਰੱਕ ਚਲਾਉਂਦੇ ਆ ਲਾਈਕ ਫੋਲ ਤਾਂ ਕਿ ਸਿਰ ਬਾਏ ਫੋਨ ਆ ਗਿਆ ਫਿਰ ਅੱਜ ਹੁਣੀ ਆ ਜਾ ਕੋਈ ਨਵਾਂ ਚੱਲ ਜਾਂਦਾ ਤਾਂ ਉਹ ਤਾਂ ਫੋਲੋ ਕਰਦੇ ਨਹੀਂ ਹਿੰਦੀ ਰਾਈਟ ਸੋ ਇਟਸ ਮੋਰ ਆ ਪ੍ਰਾਇੋਰਟੀ ਹਾਊ ਬੈਡਲੀ ਵੀ ਵਾਂਟ ਟੂ ਸਰ ਸੋ ਤਾਂ ਹਮੇਸ਼ਾ ਕਦੇ ਵੀ ਇਦਾਂ ਵੀ ਨੈਵਰ ਨਾਟ ਕੀਪ ਦੈਟ. Any other questions? So you can go to the question answer box. If anyone has more than the puzzle too. Shastras were used back in Guruji's times as they needed it to protect themselves from animals, etc. But now in present days, we can't use them, neither on animals nor on humans. So what's the... I can't read this. What's the... Yeah, I guess. What's the purpose of these heavy shastras? Thanks for the answer. That's a really good question. It's just like a kara, right? So I can give you 1,000 reasons why you should wear a kara. But the only reason that actually matters is because Guru Sahib gave us hukum to keep a kara. So Guru Sahib never wrote anywhere kara taan pa, he's like, okay, you don't want to chori then, right? But we know a lot of chores who still wear kara, right? They will have chori kara then. So that's not, it doesn't stop people from doing chori. So we can tell, Guru Sahib has written it, we reason kiya kara maan di. But we wear kara because Guru Sahib gave us hukum to wear kara. Same thing with shastras. You know, Guru Sahib changi lag diya shastras, so apaan phir siyanam tukya baat nahi hai. Guru Sahib never said you wear shastras, only because you're gonna use it. But Guru Sahib ka shastras tari hona hai. ਕੱਲ੍ਹ ਕੀਰਤਨ ਦੇ ਆਪਾਂ ਗਈਆਂ ਬਕਤੀਆਂ ਵਿਚਾਰ ਰਹੇ ਸੀ ਜੈ ਤੇਗੰ ਐਂਡ ਜੈ ਭਗਵਤੀ ਗੁਰੂ ਸਾਹਿਬ ਨੇ ਕਿੰਨੇ ਮੈਂਸ਼ਨ ਕੀਤੇ ਆ ਸ਼ਸਤਰ ਨੂੰ ਗੁਰੂ ਸਾਹਿਬ ਨੇ ਉੱਤਮ ਮੰਨਿਆ ਗੁਰੂ ਸਾਹਿਬ ਸੈਜ਼ ਬਿਨ ਸ਼ਸਤਰ ਕੇ ਸੰਗ ਨਰਨ ਭੇਡ ਜਾਨੋ ਦੈਟ ਨੋ ਮੈਨ ਇਜ਼ ਚੀਪ ਇਫ ਹੀ ਡਜ਼ਨਟ ਕੀਪ ਹਿਸ ਫੇਸ ਐਂਡ ਇਫ ਹੀ ਡਜ਼ਨਟ ਕੈਰੀ ਹਿਸ ਸ਼ਸਤਰ ਸੋ ਦ ਰੀਜ਼ਨ ਵਾਈ ਵੀ ਕੈਰੀ ਦੈਮ ਫੋਰਟੀ ਇਜ਼ ਨਾਟ ਟੂ ਸਕੇਅਰ ਅਦਰ ਪੀਪਲ ਇਨ ਸੰਗਤ ਇਟਸ ਓਨਲੀ ਟੂ ਫਾਲੋ ਗੁਰੂ ਸਾਹਿਬ ਹੁਕਮ ਐਂਡ ਪਲੀਜ਼ ਗੁਰੂ ਸਾਹਿਬ. This is a kind of spiritual question, really. Where do we put our focus during Kirtan? The meanings, the Anand or Gurbani, and then along with it. At times during Kirtan, I feel like internally doing Nama Vyas, or quietly. Is this okay? Is this how we get to the point where we remember Akal Purakh 24/7? Both changa question puchha. Main actually no touch karna si, jaise na puchna. ਕੀਰਤਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਬਹਿਣ ਦਾ ਤਰੀਕਾ ਹੁੰਦਾ ਨਾ ਜਿਹੜੇ ਗੁਰੂ ਪਿਆਰੇ ਦੱਸਦੇ ਆ ਉਹ ਤਰੀਕਾ ਇਹ ਆ ਕੀਰਤਨ ਦੇ ਵਿੱਚ ਪਹਿਲਾਂ ਤਾਂ ਘੁੱਗੂ ਬਾਟੇ ਬਣ ਕੇ ਨਹੀਂ ਬਹਿਣਾ ਹੈਗਾ ਵੀ ਚੁੱਪ ਕਰਕੇ ਬਸ ਬਹਿ ਕੇ ਸਿਰ ਮਾਰੀ ਗੱਲਾਂ ਉਹ ਨਹੀਂ ਕਰਨਾ ਬੋਲਣਾ ਵਾ ਨਾਲ ਆਪਾਂ ਆਪਣੀ ਰਸਨਾ ਨਾਲ ਬਾਣੀ ਨੂੰ ਪਰਸਣਾ ਜਦੋਂ ਤੱਕ ਬਾਣੀ ਆਪਣੇ ਸਰੀਰ ਨਾਲ ਟੱਚ ਨਹੀਂ ਕਰਦੀ ਕਲਾ ਕਿਵੇਂ ਵਰਤੂਗੀ ਜਿਹੜਾ ਚੁੱਪ ਕਰਕੇ ਆਪਾਂ ਸੁਣਨਾ ਹੁੰਦਾ ਉਹ ਵੀ ਅਵਸਥਾ ਹੁੰਦੀ ਆ ਪਰ ਉਹ ਅਵਸਥਾ ਕੁਛ ਅੱਗੇ ਜਾ ਕੇ ਆਉਂਦੀ ਆ ਉਹ ਜਦੋਂ ਹਿਰਦੇ ਦੇ ਵਿੱਚ ਆਪਾਂ ਨੂੰ ਇੱਥੇ ਆਪਣੇ ਹਿਰਦੇ 'ਚ ਧਿਆਨ ਲਾ ਕੇ ਬਾਣੀ ਸੁਣਨੀ ਨਾਮ ਸੁਣਨਾ ਆ ਜਾਂਦਾ ਨਾ ਅੰਦਰ ਬਾਣੀ ਦਾ ਚੱਲਦਾ ਉਹ ਉਦੋਂ ਦੀ ਗੱਲ ਹੁੰਦੀ ਆ ਪਰ ਜਿਹੜੀ ਆਪਣੀ ਸਧਾਰਨ ਅਵਸਥਾ ਵਾ ਆਪਾਂ ਨੂੰ ਬਾਣੀ ਨੂੰ ਪਰਸਣਾ ਪੈਣਾ ਵਾ ਆਪਣੀ ਜੀਭ ਨਾਲ ਬੋਲਣਾ ਆਪਦੇ ਕੰਨਾਂ ਨਾਲ ਸੁਣਨਾ ਵਾ ਤੇ ਅੱਗੇ ਕੀ ਪੰਕਤੀ ਬਹੁਤ ਮਸ਼ਹੂਰ ਆ ਸਾਰਿਆਂ ਨੂੰ ਪਤਾ ਹੋਊ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਜ ਧਿਆਨਾ ਪਹਿਲੀ ਪੰਕਤੀ ਦਾ ਸਾਰਿਆਂ ਨੂੰ ਪਤਾ ਅਗਲੀ ਪੰਕਤੀ ਵੀ ਦੇਖੋ ਕੀ ਕਹਿੰਦੇ ਆ ਗੁਰਮੁਖ ਜਪੀਏ ਲਾਜ ਧਿਆਨਾ ਕੀਰਤਨ 'ਚ ਕਰਨਾ ਕੀ ਆ ਭਾਈ ਸਾਹਿਬ ਲਿਖਦੇ ਆ ਕਹਿੰਦੇ ਜਿਹੜਾ ਕੀਰਤਨ ਮੰਡਲ ਆ ਨਾ ਉਹ ਕਲਯੁਗ ਦੀ ਭੌਰ ਗੁਫਾ ਵਾ ਨਾਮ ਅਭਿਆਸ ਕਮਾਈਆਂ ਕਰਨ ਦੀ ਕੀ ਭਾਵ ਆ ਕੀਰਤਨ ਦੇ ਵਿੱਚ ਨਾਮ ਸਭ ਤੋਂ ਜ਼ਿਆਦਾ ਚੱਲਦਾ ਵਾ ਸਭ ਤੋਂ ਵੱਧ ਧਿਆਨ ਕੀਰਤਨ 'ਚ ਲੱਗਦਾ ਜਿਹੜਾ ਧਿਆਨ ਨਾਮ ਜਪਣ ਦਾ ਕੀਰਤਨ 'ਚ ਲੱਗਦਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਮੰਡਲਾਂ 'ਚ ਲੱਗਦਾ ਹੋਊਗਾ ਸੋ ਜਦੋਂ ਆਪਾਂ ਨਾਲ ਜਿਹੜੀ ਆਈਡੀਅਲ ਸਿਚੁਏਸ਼ਨ ਤਾਂ ਇਹ ਆ ਵੀ ਨਾਲ ਜਦੋਂ ਆਪਾਂ ਬਾਣੀ ਬੋਲਦੇ ਹਾਂ ਨਾ ਤਾਂ ਅੰਦਰ ਨਾਮ ਸੁਣਨਾ ਵਾ ਉਹ ਜਿਵੇਂ ਇਹਨਾਂ ਨੇ ਕਿਹਾ ਵੀ ਇਜ਼ ਇਟ ਓਕੇ ਉਹ ਬਿਲਕੁਲ ਠੀਕ ਆ ਨਾਲ ਨਾਲ ਆਪਾਂ ਬਾਣੀ ਦਾ ਕੀਰਤਨ ਕਰ ਰਹੇ ਹਾਂ
ਹਿਰਦੇ ਦੇ ਵਿੱਚ ਨਾਮ ਚੱਲ ਰਿਹਾ, ਆਪਾਂ ਨਾਮ ਨੂੰ ਵੀ ਸੁਣ ਰਹੇ ਹਾਂ, ਉਹ ਸਭ ਤੋਂ ਉੱਤਮ ਗੱਲ ਆ। ਧਿਆਨ ਨਾਲ ਨਾਮ ਚ ਵੀ ਹੋਵੇ, ਨਾਲ ਨਾਲ ਕੀਰਤਨ ਵੀ ਕਰੀ ਜਾਈਏ, ਉਹ ਅਵਸਥਾ ਠੀਕ ਆ। ਜੇ ਕਿਸੇ ਨੂੰ ਉਧਰ ਨਹੀਂ ਸੁਣਦਾ ਨਾ, ਜ਼ਰੂਰੀ ਨਹੀਂ ਹੈਗਾ ਹਰੇਕ ਨੂੰ ਨਾਮ ਸੁਣੇ, ਕਈ ਵਾਰ ਇਹ ਵੀ ਨਹੀਂ ਹੈ ਕਿ ਸਾਰੇ ਕੀਰਤਨ ਸੁਣਦਾ ਰਹੇ, ਕਿਤੇ ਕਿਤੇ ਆਪਣਾ ਧਿਆਨ ਲੱਗ ਜਾਂਦਾ, ਨਾਮ ਆਪਾਂ ਨੂੰ ਸੁਣਨ ਲੱਗ ਜਾਂਦਾ, ਕਿਤੇ ਕਈ ਵਾਰ ਨਹੀਂ ਸੁਣਦਾ, ਆਪਣਾ ਧਿਆਨ ਆਸੇ ਪਾਸੇ ਜਾਂਦਾ। ਸੋ ਇਟਸ ਫਾਈਨ ਬੋਲਣਾ ਵਾ ਬਾਣੀ ਨੂੰ ਗਾਉਣਾ ਨਾਲ, ਤੇ ਜਿਵੇਂ ਫੋਰ ਐਗਜ਼ਾਮਪਲ ਨਾਮ ਨੂੰ ਆਪਾਂ ਨਾਲ ਕਿਵੇਂ ਚੇਤੇ ਕਰ ਸਕਦੇ ਹਾਂ। ਹੁਣ ਇੱਕ ਪੰਕਤੀ ਕੀਰਤਨੀਆਂ ਕਰਦਾ ਹੈ ਨਾ, ਅਗਲੀ ਆਪਾਂ ਉਹੀ ਸੇਮ ਪੰਕਤੀ ਨੂੰ ਆਪਾਂ ਬਾਅਦ ਵਿੱਚ ਰਿਪੀਟ ਕਰਨਾ ਹੁੰਦਾ। ਜਦੋਂ ਕੀਰਤਨੀਆਂ ਗਾ ਰਿਹਾ ਵਾ ਪੰਕਤੀ, ਆਪਣੇ ਕੋਲ ਟਾਈਮ ਆ, ਉਹ ਟਾਈਮ ਦੇ ਵਿੱਚ ਆਪਾਂ ਓਨੀ ਦੇਰ ਗੁਰੂ ਗੁਰੂ ਕਰ ਲਓ, ਓਨੀ ਦੇਰ ਆਪਾਂ ਨਾਮ ਜਪੋ, ਰਸਨਾ ਨਾਲ ਜਪ ਲਓ, ਚਾਹੇ ਅੰਦਰ ਨਹੀਂ ਜਪ, ਅੰਦਰ ਨਹੀਂ ਜਪ ਹੁੰਦਾ, ਓਨੀ ਦੇਰ ਰਸਨਾ ਨਾਲ ਆਪਾਂ ਆਪਣਾ ਆਪਣੇ ਸੁਣਨ ਜਿੰਨਾ ਨਾਮ ਜਪੀਏ, ਅਗਲੀ ਪੰਕਤੀ ਆਪਣੀ ਗਾਉਣ ਦੀ ਵਾਰੀ ਆ ਗਈ, ਉਦੋਂ ਆਪਾਂ ਨਾਲ ਜਾਈਏ। ਏਦਾਂ ਹੀ ਕਲਾ ਵਰਤਣੀ ਆ, ਇਹ ਤਰੀਕਾ ਹੀ ਆ। ਬਸ ਕੀਰਤਨ ਦੇ ਵਿੱਚ ਗਾਉਣਾ ਜ਼ਰੂਰੀ ਆ, ਨਾਮ ਦੇ ਵਿੱਚ ਵੀ ਧਿਆਨ ਰੱਖਣਾ ਜ਼ਰੂਰੀ ਆ। ਤੇ ਜਿਹੜੀ ਗੱਲ ਵਿਚਾਰ ਦੀ ਗੱਲ ਆ ਵੀ ਬਾਣੀ ਨੂੰ ਵਿਚਾਰ, ਇੱਕ ਸੱਚ ਹੋਰ ਮੈਨੂੰ ਯਾਦ ਆਉਂਦੀ ਸੀ ਗੱਲ, ਜਿਹੜਾ ਆਪਣਾ ਗੁਰਮਤਿ ਦਾ ਧਿਆਨ ਲਾਉਣ ਦਾ ਤਰੀਕਾ ਨਾ, ਉਹ ਜ਼ਿਆਦਾ ਗੁਰੂ ਸਾਹਿਬ ਨੇ ਕੰਨਾਂ ਨਾਲ ਸੁਣਨ ਨੂੰ ਕਿਹਾ ਵਾ। ਹੁਣ ਅੱਜ ਕੱਲ੍ਹ ਜਿਵੇਂ ਸਕਰੀਨਾਂ ਲੱਗੀਆਂ ਹੋਈਆਂ ਨੇ, ਸਕਰੀਨ ਤੇ ਵੀ ਕਈ ਵਾਰ ਤਾਂ ਇੱਦਾਂ ਦੇਖਿਆ ਵੀ ਗੁਰਸਿੱਖ ਨਾ ਬੈਠੇ ਸਕਰੀਨ ਵਾਲੇ ਦੇਖੀ ਜਾਂਦੇ ਆ, ਉਹ ਜਿਹੜਾ ਅਸਲੀ ਤਰੀਕਾ ਵਾ ਉਹ ਬਾਣੀ ਨੂੰ ਸੁਣ ਕੇ ਉਹਨੂੰ ਨਾਲ ਗਾਉਣ ਦਾ ਵਾ। ਸੋ ਜਿੱਥੇ ਆਪਾਂ ਨੂੰ ਨਹੀਂ ਸਮਝ ਲੱਗਦਾ ਉੱਥੇ ਆਪਾਂ ਸਕਰੀਨ ਵੱਲ ਵੀ ਦੇਖਣਾ ਠੀਕ ਆ, ਪਰ ਕੋਸ਼ਿਸ਼ ਇਹ ਕਰਨੀ ਕਿ ਬਾਣੀ ਦੀ ਪੰਕਤੀ ਸੁਣ ਕੇ ਆਪਾਂ ਅੱਖਾਂ ਬੰਦ ਕਰਕੇ ਉਹਨੂੰ ਆਪ ਫਿਰ ਗਾ ਕੇ ਉਹਨੂੰ ਧਿਆਨ ਨਾਲ ਸੁਣਨਾ ਵਾ। ਜਿਹੜੀ ਵਿਚਾਰਨ ਦੀ ਗੱਲ ਆ, ਇਹ ਇੱਕ ਐਕਚੁਅਲੀ ਅਲੱਗ ਵਿਸ਼ਾ ਵਾ। ਜਿਹੜੀ ਬਾਣੀ ਦੀ ਪੰਕਤੀ ਮੰਨ ਲਓ ਕੀਰਤਨ ਨੇ ਕਰਤੀ, ਹੁਣ ਉਹਨੂੰ ਉਹਦਾ ਆਪਾਂ ਧਿਆਨ ਕਿੱਥੇ ਲਾਉਣਾ, ਉਹਨੂੰ ਆਪਾਂ ਬਾਣੀ ਦੇ ਅਰਥ ਵਿਚਾਰ ਕਰਨੀ ਆ ਜਾਂ ਆਪਾਂ ਬਾਣੀ ਨੂੰ ਸੁਣਨਾ ਵਾ, ਇਹ ਦੋ ਡਿਫਰੈਂਟ ਗੱਲਾਂ ਨੇ। ਜਿਹੜਾ ਬਾਣੀ ਦੀ ਪੰਕਤੀ ਨੂੰ ਸੁਣਨਾ ਵਾ, ਉਹਨੂੰ ਆਪਾਂ ਸਿਰਫ ਕੰਨਾਂ ਨਾਲ ਸੁਣ ਕੇ ਹਿਰਦੇ 'ਚ ਵਸਾਉਣਾ ਵਾ। ਹਿਰਦੇ 'ਚ ਕਿਵੇਂ ਵੱਸਦਾ ਵਾ? ਉਹੀ ਕੰਨਾਂ ਨਾਲ ਸੁਣਨਾ, ਉਹ ਸੁਣ ਕੇ ਉਹਨੂੰ ਵਸਾਉਣਾ, ਉਹ ਹੋ ਗਈ ਸੁਣਨ ਦੀ ਗੱਲ। ਜਿਹੜੀ ਵਿਚਾਰ ਕਰਨ ਦੀ ਗੱਲ ਆ, ਉਹ ਵਿਚਾਰ ਅਲੱਗ ਵਿਸ਼ਾ ਵਾ, ਉਹ ਅਲੱਗ ਕਰਨਾ, ਉਹ ਵੀ ਕਰਨਾ ਜਿਹਨੂੰ ਬਾਣੀ ਦੀ ਵਿਚਾਰ ਆਉਂਦੀ ਹੈ, ਕਿਉਂਕਿ ਕੀਰਤਨ ਦੇ ਵਿੱਚ ਉਹਨੂੰ ਆਨੰਦ ਸਵਾਦ ਜ਼ਿਆਦਾ ਆਉਂਦਾ, ਵਿਸਮਾਦ ਜ਼ਿਆਦਾ ਆਉਂਦਾ ਵਾ, ਉਹ ਵੀ ਕਈ ਵਾਰ ਕਰਨਾ ਪੈਂਦਾ, ਜਦੋਂ ਸੁਣਨ ਦੇ ਵਿੱਚ ਧਿਆਨ ਨਹੀਂ ਲੱਗਦਾ ਕਈ ਵਾਰ ਉਹ ਵੀ ਕਰਨਾ ਪੈਂਦਾ। So this next question is, can we take it from two perspectives, like a vegan perspective or a Vedic perspective? So that question is, so should the Sikhs use or drink store-bought milk? And they've given a fact here that the cow milking process halves the lifespan of the cow. So it's coming from a compassionate, like, and like a vegan and then a Vedic perspective as well. We should always try to get the straight from the cow, so you can milk the cow yourself. Is it okay to even drink milk altogether because it lessens the life of a cow or all the other points on that? Guru Sahib ne accept kita ya. ਇਹ ਡਾਇਟਰੀ ਦੁੱਧ ਆਪਾਂ ਪੀ ਸਕਦੇ ਹਾਂ, ਗੁਰੂ ਸਾਹਿਬ ਨੇ ਆਪਣੇ ਵਾਸਤੇ ਚੱਪਲ ਰੱਖਿਆ ਵਾ। ਸੋ ਗੁਰੂ ਸਾਹਿਬ ਨੇ ਦੁੱਧ ਨੂੰ ਅੰਮ੍ਰਿਤ ਕਿਹਾ ਵਾ, ਅਤੇ ਖਾਸ ਕਰਕੇ ਲੰਗਰ ਵਿੱਚ ਦੁੱਧ ਚੱਲਦਾ ਸੀਗਾ, ਆਪਾਂ ਨੂੰ ਪਤਾ ਇਸ ਗੱਲ ਦਾ। ਆਪਾਂ ਦੇਗ ਛੱਕਦੇ ਹਾਂ, ਦੇਗ ਨੂੰ ਵੀ ਵਿਰੋਧ ਘਿਓ। ਸੋ ਦੇਗ ਤਾਂ ਨਾਲ ਜਿਹੜੇ ਸਮੇਂ ਤੋਂ ਚੱਲਦੀ ਹੈ, ਦੇਗ ਤਾਂ ਉਹ ਦੇਗ ਵੀ ਖਾਣ ਲੜੀ ਅਣੀ ਸਮਾਗਮ। ਆਪਾਂ ਦੇਗ ਤੋਂ ਵਗੈਰਾ ਅੰਮ੍ਰਿਤ ਸਿੰਚਾਰ ਨਹੀਂ ਕਰ ਸਕਦੇ, ਦੇਗ ਤੋਂ ਵਗੈਰਾ ਅਖੰਡ ਪਾਠ ਦਾ ਭੋਗ ਨਹੀਂ ਕਰ ਸਕਦਾ, ਦੇਗ ਤੋਂ ਵਗੈਰਾ ਸਹਿਜ ਪਾਠ ਦਾ ਭੋਗ ਨਹੀਂ ਕਰ ਸਕਦਾ, ਦੇਗ ਤੋਂ ਵਗੈਰਾ ਕੀਰਤਨ ਦਾ ਭੋਗ ਵੀ ਅਧੂਰਾ ਹੁੰਦਾ। ਤੇ ਸੋ ਐਨੀਥਿੰਗ ਯੂ ਵਾਂਟ ਟੂ ਡੂ ਯੂ ਨੀਡ ਦੇਗ, ਦੇਗ ਇਜ਼ ਇਨਸੈਪਰੇਬਲ ਫਰਮ ਸਿੱਖੀ ਐਂਡ ਦੇਗ ਇਜ਼ ਮੇਡ ਆਫ ਕਿਓ। ਸੋ ਕਿਓ ਕਮਸ ਫਰਮ ਮਿਲਕ ਐਂਡ ਮਿਲਕ ਮਸਟ ਬੀ ਮਿਲਕ ਫਰਮ ਦ ਕਾਉ ਟੂ ਗੈਟ ਦ ਕਿਓ, ਸੋ ਇਟਸ ਟੋਟਲੀ ਐਕਸੈਪਟੇਬਲ। ਐਂਡ ਭਗਤ ਭੰਗਾ ਜੀ ਐਂਡ ਸ਼੍ਰੀਮਦ ਗੋਪਾਲ ਕਰਾਤਾ ਜੀ ਆਸਕ ਫੋਰ ਗਊ ਭੈਂਸ ਮੰਗੋ ਲਾਦੇਰੀ, ਲਾਦੇਰੀ ਮੀਨਿੰਗ ਦੁੱਧ ਦੇਣ ਵਾਲੀ ਗਊ ਜਾਂ ਭੈਂਸ, ਹੀ ਆਸਕ ਫੋਰ ਇਟ, ਮੱਝ ਤੇ ਗਾਂ ਮੰਗੀ ਆ, ਦੋਨੇ ਮੰਗਾਂ ਲੱਗਦਾ। ਹਾਂਜੀ ਦੋਨੇ, ਹਾਂਜੀ। Yeah, so he's asked for it for one reason, for milk. So Pag Ji will drink this here, so it's okay for you to drink my dog. ਇਹ ਆਪਾਂ ਨੂੰ ਨਾ ਸਿੱਧੀ ਗੱਲ ਆ, ਜ਼ਿਆਦਾ ਸਿਆਣਪਾਂ ਚ ਪੈਣ ਦੀ ਲੋੜ ਨਹੀਂ ਹੈਗੀ। ਇਹ ਫਿਲਾਸਫੀ ਵਾਲੀਆਂ ਗੱਲਾਂ ਆਉਂਦੀਆਂ ਨੇ ਜੀ, ਕਈ ਕਹਿੰਦੇ ਨੇ ਦੁੱਧ ਵੀ ਖੂਨ ਹੁੰਦਾ, ਕਹਿੰਦੇ ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਣਾ। ਸਾਡੇ ਗੁਰੂ ਸਾਹਿਬ ਨੇ ਜਿਹੜਾ ਗੱਲ ਕਹੀ ਤੁਸੀਂ ਇਹ ਕਰ ਸਕਦੇ ਹੋ ਉਹ ਅਸੀਂ ਕਰ ਸਕਦੇ ਹਾਂ, ਦੈਟਸ ਇਟ। ਜਿਹੜਾ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ। ਹਾਂ, ਉਹਨੂੰ ਜਿਹੜੀ ਗੱਲ ਸਮਝ ਆਉਂਦੀ ਹੈ ਸਮਝ ਲਓ, ਜਿਹੜੀ ਗੱਲ ਨਹੀਂ ਸਮਝ ਆਉਂਦੀ ਉਹਦੇ ਪਿੱਛੇ ਥੋੜ੍ਹਾ ਪੈਣਾ ਆਪਾਂ।
ਕਿ ਕਿੱਦਾਂ ਬਣਿਆ ਉਹਦੀ ਆਪਾਂ ਮਿਲਕ ਦੀ ਕੰਪੋਜੀਸ਼ਨ ਦੇਖਣ ਲੱਗ ਜਾਈਏ ਆਪਾਂ ਨੂੰ ਲੋੜ ਨਹੀਂ ਗੁਰੂ ਸਾਹਿਬ ਨੇ ਐਕਸੈਪਟ ਕੀਤਾ ਦੈਟਸ ਇਟ ਵਾਸ ਐਦਾਂ ਹੀ ਕਈ ਕਹਿੰਦੇ ਆ ਵੀ ਜੀ ਪੌਦਿਆਂ ਦੇ ਵਿੱਚ ਵੀ ਉਹ ਆ ਜਾਨ ਹੁੰਦੀ ਆ ਕਹਿੰਦੇ ਤੁਸੀਂ ਪੌਦੇ ਖਾਂਦੇ ਹੋ ਸਾਰੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਜਾਂਚ ਦਿੱਤੀ ਆ ਉਹ ਖਾਓ ਪਸ਼ੂ ਨੂੰ ਮਾਰ ਕੇ ਨਹੀਂ ਖਾਣਾ ਨਹੀਂ ਖਾਣਾ ਬਸ ਦੈਟਸ ਇਟ ਦੈਟਸ ਇਟ So this is a question aimed at the GB sayings or I'm saying, yeah. Why do you guys mathare differently? So we're gonna ask Gagan Singh to do a demonstration for us. Screen roll. Nah, many gun. We see nowadays like people everyone has their own way of doing things. So you know some people we see do the mathatek, they have their hands out like this or we have the best mathatek where it's we have Prakash is over there and you see how far you can throw the pass here. ਇਦਾਂ ਹੀ ਹੁੰਦਾ ਵੀ ਇਹਦਾ ਹੱਥ ਧਰ ਕੇ ਇਦਾਂ ਕਰ ਲਿਆ ਬਸ ਟ੍ਰਾਂਸਫਰ ਹੋ ਗਿਆ ਮੱਥਾ ਸੋਰੀ ਹਾਂ ਤਾਂ ਮੱਥਾ ਦੇ ਦੇ ਰਿਹਾ ਜੀ ਪਤੂ ਹੈ ਰਾਈਟ ਤੇ ਦੇ ਵਾਰੀ ਪਾਗ ਅੱਗੇ ਨੋ ਹਿੰਦੀ ਹੈ ਨਾ ਪਾਗ ਨਾਲ ਦੀ ਬਸ ਉਹਦੇ ਮੱਥਾ ਦੇ ਗਿਆ ਤੇ ਜਿਵੇਂ ਗੁਰਸਿੱਖ ਮੱਥਾ ਟੇਕਦੇ ਨੇ ਆਪਣਾ ਕੋਈ ਬਾਣੀ ਵਿੱਚ ਗੁਰੂ ਸਾਹਿਬ ਨੇ ਦੱਸਿਆ ਮੱਥਾ ਕਿੱਦਾਂ ਟੇਕਣਾ ਹੈ ਆਪਣਾ ਦੋ ਤਰੀਕੇ ਬਖਸ਼ੇ ਗੁਰੂ ਸਾਹਿਬ ਨੇ ਇੱਕ ਪੰਡੌਤ ਤੇ ਇੱਕ ਅੰਜਲੀ ਸੋ ਜਿਵੇਂ ਤੁਸੀਂ ਦੇਖਿਆ ਵੀ ਸਾਰੇ ਸਿੰਘ ਕਰਦੇ ਨੇ ਅੰਜਲੀ ਕਰਦੇ ਨੇ ਸੋ ਵੀ ਡੈਮੋਸਟ੍ਰੇਸ਼ਨ ਫੋਰ ਯੂ ਬੈਸਟ ਹੈ ਸਰ ਗੁੱਡ ਡਸ ਐਵਰੀਵਨ ਨੋ ਹਾਊ ਵੀ ਮਥਰੇ ਨੋ ਸੋ ਵੀ ਹੈਵ ਅ ਸੀਨ ਇਟ ਵਾਸ ਹਾਊ ਡੈਮੋਸਟ੍ਰੇਸ਼ਨ ਸੋ ਦਿਸ ਇਜ਼ ਇਨ ਦਿਸ ਫਾਈਲ ਯੂ ਆਰ ਸੀਇੰਗ ਮਥਰੇ ਅਗੇਨ ਸੋ ਦਿਸ ਇਜ਼ ਐਵਰੀਵਨ ਆਲਸੋ ਸੇਮ ਔਰ ਸਨ ਆਫ ਯੂ ਕਮ ਸੀ ਦਿਸ ਇਜ਼ ਕਾਲਡ ਅੰਜਲੀ ਸੋ ਅੰਜਲੀ ਯੂ ਹੈਵ ਅ ਟੂ ਹੈਂਡਸ ਫੋਲਡਡ ਐਟ ਦ ਫਰੰਟ ਵਿਦ ਯਰ ਹਜ਼ੂਰੀਆ and you have your elbows touching golden leg lage hoya as well as do pair and so his feet are flat on the floor so he's sitting on to his feet so you're not sticking your bum in the air so you shouldn't stick your bum in the air towards somebody right so keep your back down and have your arms down as well like this is matha lage hai so this is called anjali so you can see that all those parts of the body are touching the floor and this is gurma trika matadek and we get to know that from sura sahib the next way of doing matadek is called dandod so as by the wrist you're doing now so you can see it's only you lay down on the floor the hands are clasped together in hadas with hazuriya in hand and matha is touching the floor so the matha should fully touch the floor we taan hi apne jo karne hain wo mitne hain maadi kal ਦੂਸਰਾ ਦੀ ਉੱਥੇ ਅੱਗੇ ਲਾ ਕੇ ਮਤਲਬ ਕਰਨ ਦੌਤ ਪੁਨ ਵੱਡਾ ਹੈ ਹਾਂਜੀ ਕਰਨ ਦੌਤ ਪੁਨ ਵੱਡਾ ਹੈ ਕਰਨ ਅੰਜਲੀ ਸਾਧੂ ਅੰਜਲੀ ਪੁਨ ਵੱਡਾ ਹੈ ਕਰਨ ਦੌਤ ਪੁਨ ਵੱਡਾ ਹੈ ਨਹੀਂ ਗਿਆ ਸੋ ਬਾਣੀ ਚ ਜ਼ਿਕਰ ਆ ਗਿਆ ਹੈ ਨਾ ਕਰ ਅੰਜਲੀ ਪੁਨ ਵੱਡਾ ਹੈ ਕਰਨ ਦੌਤ ਪੁਨ ਵੱਡਾ ਹੈ ਉਹ ਅੰਜਲੀ ਦਾ ਸ਼ਬਦ ਹੈ ਇਹ ਵੀ ਦੇਖੋ ਆਪਾਂ ਬਾਣੀ ਦੇ ਵਿਚਾਰ ਦੀ ਗੱਲ ਕਰਦੇ ਸੀ ਨਾ ਕਿਸੇ ਨੇ ਜੇ ਵਿਚਾਰਿਆ ਨਾ ਹੁੰਦਾ ਪਤਾ ਨਹੀਂ ਸੀ ਲੱਗਣਾ ਵਿਚਾਰ ਤੋਂ ਪਤਾ ਲੱਗਣਾ ਅੰਜਲੀ ਦਾ ਮਤਲਬ ਪ੍ਰਾਥਮਿਕ ਤਰੀਕਿਆਂ ਤੋਂ ਇੱਕ ਪ੍ਰਾਥਮਿਕ ਵਰਡ ਆ ਇਹਦਾ ਮਤਲਬ ਇਹ ਆ ਵੀ ਆਪਣੇ ਜਿਹੜੀ ਬਾਡੀ ਹੈ ਨਾ ਇਹਦੇ 8 ਅੰਗ ਨੇ ਜਿਹੜੇ ਉਹ ਜ਼ਮੀਨ ਨੂੰ ਟੱਚ ਹੁੰਦੇ ਆ 8 ਅੰਗ ਕਿਹੜੇ ਇਹਨਾਂ ਨੇ ਦਿਖਾਇਆ ਦੋ ਹੱਥ ਹੁੰਦੇ ਆ ਦੋ ਕੂਹਣੀਆਂ ਹੁੰਦੀਆਂ ਨੇ ਦੋ ਗੋਡੇ ਹੁੰਦੇ ਆ ਦੋ ਪੈਰ ਥੱਲੇ ਟੱਚ ਹੁੰਦੇ ਆ ਸੋ ਇਹ 8 ਅੰਗ ਟੱਚ ਹੁੰਦੇ ਤਾਂ ਇਹਨੂੰ ਅੰਜਲੀ ਕਹਿੰਦੇ ਆ ਤੇ ਡੰਡੌਤ ਸਾਰਾ ਹੋ ਗਿਆ ਸੋ ਇਹ ਗੁਰਮਤ ਤਰੀਕਾ ਇਹ ਆ ਗੁਰੂ ਸਾਹਿਬ ਨੂੰ ਮੱਥਾ ਟੇਕਣ ਦਾ So quickly, we're going to wrap up. There's two more questions. If you are Ranj Sai Kirtan until 6 a.m., do you skip Nithinam? No. Why not? Never. Oh, man. So after, this is a big point. Sanuji Jono Singh has 10 hours later. The Vishu was like, I remember my Ranj Sai Janda Singh, Guru Ranj Sai, and he was like, okay, Mokki, okay, Sanu, right? No worries on that, Kirtan was like, okay, right? Kirtan was like, okay, Kirtan was like, okay, Kirtan was like, okay, Kirtan was like, okay, Kirtan was like, But Ranswai, the only way that Ranswai is actually provided is if Ranswai Ketan to baad, which is you go and do pura karna, ishnan karna, pura kisi ishnan karke, ardaas karke, fair shakna jaan sauna. So, jada nama din chadaya wa, that amritada, you have to also fair sambalna, jada ishnan da hukum ya, oh pura karna ya, nitnim pura karna ya. There's never a reason to miss nitnim. There's a very, very great example on this is, Paisanurti Singh ji, ਉਹ ਦੇਸ਼ ਨੂੰ ਕੀਰਤਨ ਸਮਾਗਮ ਫੋਰ 36 ਆਵਰ ਸਟ੍ਰੇਟ
So they have a Khanpar Sahib, then after that they have Kirtan. I tell you, I see that Surya Kirtan started, Amatya started Kirtan. Kirtan went till Shamno, then did a dance for Kirtan. Then Surya Khanpar Sahib Ram hoya. Then Khanpar Sahib was Dwarai Dursura Kirtan, Kirtan dance for Kirtan, karke fir Pog paya. They in the same dance, they did it twice in Samad Kar. They see that Paisa would sit continuously for 36 hours, 40, 48 hours. For non-stop of these models, we got to help them. Actually, bag it, Sara parts on the Sara Kitan on the pay off the city. The Otto Bad, which Ornish Nankarke, Jenny Nathan, Meso in the city, Osari Pureka discipline. Sara Nathan Karke, the Supreme Set of Part in the Meso in Opurekarke, Asin was a part for a Karke, pay shock this question. So, Paisata, Otto Brangani, Honda, Kiyisa Sadam, but we should learn from that. And try to emulate it as hard as possible. So, if you have a question, you can ask me to ask you to ask me to ask you to ask. Last question. What did Guru Nanak Dev Ji say to the Brahmins when he was told to put on a janeu? What's the question? Brahmins are not going to put on a janeu. Kiru Sahib ne ki kya si bhai? ਉਹੀ ਗੁਰੂ ਸਾਹਿਬ ਨੇ ਕਿਹਾ ਸੀ ਇਹ ਜਨੇਊ ਝੂਠਾ ਵਾ ਇਹ ਜਨੇਊ ਜੀ ਦਾ ਹੀ ਤਾਂ ਪੰਡੇ ਝੱਕ ਜਨੇਊ ਤੇ ਸਾਰੀ ਆਉਂਦੀ ਹੈ ਨਾ ਅਸਲ ਦੀ ਵਾਰ ਦੇ ਵਿੱਚ ਸੱਚਾ ਜਨੇਊ ਅਸਲੀ ਦਾ ਗੁਰੂ ਸਾਹਿਬ ਕਹਿੰਦੇ ਅਸੀਂ ਉਹ ਪਾਉਣਾ ਜਿਹੜਾ ਸਾਡੇ ਨਾਲ ਹੀ ਜਾਵੇ ਹਮੇਸ਼ਾ ਤੇ ਉਹ ਜਿਹੜਾ ਉਹ ਜਨੇਊ ਸੀਗਾ ਉਹ ਫੇਕ ਸੀਗਾ ਉਹ ਜਨੇਊ ਕਹਿੰਦੇ ਇਹ ਤਾਂ ਇਹਦਾ ਟੁੱਟ ਜਾਂਦਾ ਧਾਗਾ ਫਿਰ ਬਾਅਦ ਦੇ ਵਿੱਚ ਹੋਰ ਪਾਉਣਾ ਪੈਂਦਾ ਤੇ ਉਹ ਜਨੇਊ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਉਹ ਅਕਾਲੀ ਜਨੇਊ ਚਾਹੀਦਾ ਵਾ ਜਿਹੜਾ ਜੀਵ ਦੇ ਨਾਲ ਨਿਭੇ ਹਮੇਸ਼ਾ ਨਾ ਇਹ ਟੁੱਟੇ ਨਾ ਮਣ ਲੱਗੇ ਨਾ ਇਹ ਜਨੇਊ ਦੇ ਜਿਹੜੇ ਲੱਛਣ ਨੇ ਸਾਰੇ ਉਹ ਪੌੜੀ ਦੇ ਵਿੱਚ ਆਉਂਦੇ ਨੇ ਉਹ ਨਾਮ ਹੈ ਆਪਣੇ ਨਾਲ ਜਾਂਦਾ ਨਾਮ ਨੂੰ ਜਾਣੀ ਨਾਮ ਮੰਗਿਆ ਲੈਣੀ ਗੁਰੂ ਸਾਹਿਬ ਨੇ ਸੋ ਕਈ ਏਦਾਂ ਵੀ ਕਹਿੰਦੇ ਕਿਰਪਾਨ ਕਿਉਂ ਪਾਈ ਤੁਸੀਂ ਜਨੇਊ ਵਰਗਾ ਹੋ ਗਿਆ ਉਹ ਕਿਰਪਾਨ ਹੈ ਜਿਹੜਾ ਉਹ ਤਾਂ ਇੱਕ ਫੰਕਸ਼ਨ ਆ ਨਾ ਕਿਰਪਾਨ ਨਾਲ ਭੋਗ ਲਾਉਂਦੇ ਹਾਂ ਆਪਾਂ ਕਿਰਪਾਨ ਨਾਲ ਆਪਾਂ ਆਪਣੀ ਰੱਖਿਆ ਕਰ ਸਕਦੇ ਹਾਂ ਕਿਰਪਾਨ ਨਾਲ ਜੰਗ ਕਰ ਸਕਦੇ ਹਾਂ ਆਪਾਂ ਨਾ ਆਪਣੀ ਯੁੱਧ ਕਰ ਸਕਦੇ ਹਾਂ ਉਹਦੇ 'ਚ ਵਰ ਸਕਦੇ ਹਾਂ ਸੋ ਡਿਫਰੈਂਟ ਚੀਜ਼ ਆ Alright, so that wraps up camp. Just a few words from the Sevadars towards the Gurmukh debate. Sevadars by Britain Singh, by Mehram Singh, by Indubhi Singh, Bibi Siddhakar, Bibi Sanmukar, and by Deva Singh. And the other speakers as well weren't here, by Inabdeep Singh and Gimkuldeep Singh. Very heartfelt message from you guys, gave a very good message to the Sangat, and we are thankful, so we'll give a really heartfelt thanks to you guys for coming. And so the rest of the, for the campers, right now what we need to do is, we need to stack these chairs, right? Stack them all, just how many? On this wall right here. Stack them on the wall. And after you guys have done that, there's a lunch outside. After you guys eat lunch, just in the general area. Try, don't make a big mess, because they just cleaned everything, they mopped and everything. So we eat lunch, I think pizza, so we eat that, and then we're going to get on the bus and go back to Surrey. So, yeah, thank you. Waheguru Ji Ka Khalsa. Waheguru Ji Ki Fateh. If anyone has any questions they want to ask personally, we're available here. And also, thank you.